ਤਖਤ ਜਬਰ ਸ਼ਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਕੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੇ ਭੋਗ ਪਾਏ ਜਾਣੇ ਨੇ ਸੰਪੂਰਨਤਾ ਹੋਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਦੀ ਸੰਪੂਰਨਤਾ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੌਵੇਂ ਮਹੱਲੇ ਦੇ ਪਾਵਨ ਸਲੋਕਾਂ ਦੀ ਜਿਹੜੀ ਵਿਚਾਰ ਹੈ ਸਾਧ ਸੰਗਤ ਜੀ ਉਹ ਕੀਤੀ ਜਾ ਰਹੀ ਹੈ ਔਰ ਨਾਲ ਮੁਤਾਵਣੀ ਤੇਰਾ ਕੀਤਾ ਜਾਤੋਂ ਨਾਹੀ ਰਾਗ ਵਾਲਾ ਇਹਨਾਂ ਦੀ ਸੰਪੂਰਨ ਕਥਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜਿਹੜੀ ਹੈ ਉਹ ਸੰਪੂਰਨ ਕੀਤੀ ਜਾਂਦੀ ਹੈ। ਸੋ ਉਸ ਦੇ ਨਿਮਿੱਤ ਨੂੰ ਲੈ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਿਵਾਜ ਜਿਨ੍ਹਾਂ ਦੀ ਪਵਿੱਤਰ ਬਾਣੀ ਸਲੋਕ 12 ਅਤੇ ਵਧੀਕ ਦੇ ਵਿੱਚ ਅੰਕਿਤ ਹੈ ਸਲੋਕ ਮਹੱਲਾ 5 ਇਹ ਭੋਗਾਂ ਦੇ ਸਲੋਕਾਂ ਤੋਂ ਪਹਿਲਾਂ ਬਾਣੀ ਆਉਂਦੀ ਹੈ। ਇਸ ਦੀ ਵਿਚਾਰ ਰਹਿ ਚੁੱਕੀ ਸੀ ਜਿਹੜੀ ਅੱਜ ਆਪਾਂ ਕਰਦੀ ਹੈ ਤਕਰੀਬਨ 21 ਸਲੋਕ ਨੇ ਅਤੇ ਕੱਲ੍ਹ ਨੂੰ ਫਿਰ 11 ਤੋਂ ਲੈ ਕੇ 1 ਤੱਕ ਕਥਾ ਵਿਚਾਰ ਹੋਵੇਗੀ ਉਪਰੰਤ ਆਰਤੀ ਆਰਤੀ ਦੁਆਰਾ ਸੱਚੇ ਪਾਤਸ਼ਾਹ ਦਾ ਪੂਜਨ ਕੀਤਾ ਜਾਵੇਗਾ ਉਪਰੰਤ ਅਰਦਾਸ ਬੇਨਤੀ ਕੀਤੀ ਜਾਵੇਗੀ। ਬੜਾ ਵੱਡਾ ਮਹਾਤਮਾ ਹੈ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਦੇ ਭੋਗ ਨੂੰ ਸ਼੍ਰਵਣ ਕਰਨਾ ਵੱਡਿਆਂ ਭਾਗਾਂ ਕਰਕੇ ਇਹ ਦਾਤ ਜਿਹੜੀ ਹੈ ਇਹ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ। ਸੋ ਆਓ ਬੜੇ ਪ੍ਰੇਮ ਦੇ ਨਾਲ ਭਾਵੇਂ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਕਥਾ ਚੱਲਦੀ ਆ ਰਹੀ ਹੈ ਮੱਕੇ ਦੀ ਗੋਸ਼ਟ ਸਤਿਗੁਰੂ ਜੀ ਦੇ ਨਾਲ ਪ੍ਰਸ਼ਨ ਉੱਤਰ ਹੋਣੇ ਨੇ ਉਹਨਾਂ ਦੀ ਵਿਚਾਰ ਸੋਮਵਾਰ ਕੀਤੀ ਜਾਵੇਗੀ। ਅੱਜ ਅਤੇ ਕੱਲ੍ਹ ਸਤਿਗੁਰੂ ਜੀ ਦੀ ਗੁਰਬਾਣੀ ਦੀ ਕਥਾ ਉਸ ਦੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸੋ ਆਓ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਕਥਾ ਸ਼੍ਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ ਅਸਲੀ ਵਿਰਾਗੀ ਕੌਣ ਹੁੰਦੇ ਹਨ, ਅਸਲੀ ਪ੍ਰੇਮੀ ਕੌਣ ਹਨ, ਜਿੱਥੋਂ ਸਾਨੂੰ ਪਤਾ ਲੱਗ ਸਕੇ ਜਾਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਕਿਹੜੇ ਜੁੜੇ ਹੋਏ ਮੰਨੇ ਜਾਣੇ ਚਾਹੀਦੇ ਹਨ ਕਿ ਇਹ ਗੁਰੂ ਕੇ ਪਿਆਰੇ ਜਿਹੜੇ ਨੇ ਇਹ ਵਾਕਿਆ ਹੀ ਰੱਬ ਦੇ ਨਾਲ ਜੁੜੇ ਹੋਏ ਨੇ, ਤਾਂ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ ਹੋਏ ਪਹਿਲਾਂ ਮੰਗਲ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਦਵੈਤ ਸਰੂਪ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਨ ਵਾਲਾ ਹੈ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਰੱਖਿਆ ਕਰਨ ਵਾਲਾ ਹੈ ਪਾਲਣ ਵਾਲਾ ਹੈ ਜਿਹਦੇ ਕਰਕੇ ਅੱਖਾਂ ਦੇਖਦੀਆਂ ਕੰਨ ਸੁਣਦੇ ਪੈਰ ਚੱਲਦੇ ਹੱਥ ਪਕੜਦੇ ਨੇ। ਸੋ ਇੰਦਰੀਆਂ ਨੂੰ ਪ੍ਰਕਾਸ਼ਨ ਵਾਲਾ ਹੈ ਇਕੱਲੀਆਂ ਇੰਦਰੀਆਂ ਨਹੀਂ ਸਾਰੇ ਸੰਸਾਰ ਨੂੰ ਹੀ ਪ੍ਰਕਾਸ਼ਨ ਵਾਲਾ ਹੈ। ਸਤਿਗੁਰ ਪ੍ਰਸਾਦ ਐਸਾ ਜਿਹੜਾ ਪਰਮਾਤਮਾ ਹੈ ਇਹ ਗੁਰੂ ਦੀ ਕਿਰਪਾ ਹੋਵੇ ਗੁਰੂ ਸਾਹਿਬ ਪ੍ਰਸੰਨ ਹੋਣ ਤਾਂ ਜਾ ਕੇ ਪ੍ਰਾਪਤ ਹੁੰਦਾ ਹੈ। ਜਿਹੜੇ ਬਾਣੀ ਦੀ ਵਿਚਾਰ ਕਰਦੇ ਉਹਨਾਂ ਨੂੰ ਪਤਾ ਮਹਾਰਾਜ ਕਹਿੰਦੇ ਸੱਜਣਾ ਇੱਕ ਗੱਲ ਕਦੀ ਨਹੀਂ ਹੋ ਸਕਦੀ ਉਹ ਕਿਹੜੀ, ਬਾਕੀ ਸਭ ਕੁਝ ਹੋ ਸਕਦਾ ਹੈ। ਧਰਤੀ ਖਤਮ ਹੋ ਜੇ ਮੰਨ ਲਾਂਗੇ, ਸੂਰਜ ਠੰਡਾ ਪੈ ਜੇ ਮੰਨ ਲਾਂਗੇ,
ਸਮੁੰਦਰ ਸੁੱਕ ਜੇ ਹੋ ਨਹੀਂ ਸਕਦਾ ਮੰਨ ਲਾ ਕੇ, ਔਰ ਇੱਕ ਕੰਮ ਕਦੀ ਨਹੀਂ ਹੋ ਸਕਦਾ। ਪੁੱਛਿਆ ਸੱਚੇ ਪਾਤਸ਼ਾਹ ਨੂੰ ਕਿਹੜਾ, ਕਹਿੰਦੇ ਬਿਨ ਸਤਿਗੁਰ ਕਿਨੇ ਨਾ ਪਾਏ। ਜਿੰਨਾ ਚਿਰ ਪੂਰੇ ਗੁਰੂ ਦੇ ਚਰਨੇ ਫੜਦਾ ਉਨਾ ਚਿਰ ਰੱਬ ਨਹੀਂ ਕਿਸੇ ਨੂੰ ਮਿਲ ਸਕਦਾ। ਬਾਕੀ ਦੁਨੀਆਂ ਦੇ ਜਿੰਨੇ ਕੰਮ ਨੇ ਸਭ ਹੋ ਸਕਦੇ ਨੇ, ਇਸ ਕਰਕੇ ਜਦੋਂ ਵੀ ਮਿਲਦਾ ਵਾ ਧੁਰ ਖਸਮੇ ਕਾ ਹੁਕਮ ਭਇਆ ਬਿਨ ਸਤਿਗੁਰ ਚੇਤਿਆ ਨਾ ਜਾਏ। ਜਦੋਂ ਵੀ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਰਹਿਮਤ ਦੇ ਨਾਲ ਸਾਧ ਸੰਗਤ ਜੀ ਮਿਲਦਾ ਹੈ, ਪ੍ਰਾਪਤ ਹੁੰਦਾ ਹੈ। ਇਹ ਭਾਵ ਅਰਥ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਸੋਹਣੇ ਸੁਭਾਇਮਾਨ ਮੁੱਖ ਤੋਂ ਕਿਰਪਾ ਕਰਦੇ ਹੋਏ, ਮਿਹਰ ਕਰਦੇ ਹੋਏ, ਤਰਸ ਕਰਦੇ ਹੋਏ ਫਰਮਾਉਂਦੇ ਹਨ, ਰੱਦੇ ਸੇਈ ਜੇ ਮੁਖ ਨਾ ਮੋੜਾਨਾ। ਕੀ ਕਹਿੰਦੇ ਸੱਚੇ ਪਾਤਸ਼ਾਹ? ਭਾਈ ਸੱਜਣਾ ਗੁਰੂ ਕਿਆ ਸਿੱਖਾ, ਉਹਨਾਂ ਨੂੰ ਹੀ ਰੱਤੇ ਹੋਏ ਗੁਰਮੁਖ ਮੰਨਣਾ ਚਾਹੀਦਾ ਹੈ। ਰੱਤੇ ਮੈਨੇ ਐਂ ਖੁਬੇ ਹੋਏ, ਤਦਾਕਾਰ ਜੁੜੇ ਹੋਏ, ਉਹਨਾਂ ਨੂੰ ਜੁੜੇ ਹੋਏ ਗੁਰਮੁਖ ਸਮਝਣਾ ਚਾਹੀਦਾ, ਜਿਹੜੇ ਸਾਰੀ ਉਮਰ ਮਹਾਰਾਜ ਤੋਂ ਮੁੱਖ ਨਾ ਆਪਣਾ ਮੋੜਨ, ਬੇਮੁੱਖ ਨਾ ਹੋਣ, ਆਪਣੇ ਧਰਮ ਦਾ ਤਿਆਗ ਨਾ ਕਰਨ, ਪਤਤ ਨਾ ਹੋਣ, ਗੁਰਸਿੱਖੀ ਨਾ ਛੱਡਣ, ਅੰਮ੍ਰਿਤ ਦੀ ਰਹਿਤ ਮਰਿਆਦਾ ਦੇ ਵਿੱਚ ਫਰਕ ਨਾ ਪਾਉਣ। ਉਹਨਾਂ ਨੂੰ ਸਮਝਣਾ ਚਾਹੀਦਾ ਵੀ ਇਹ ਸੱਜਣ ਜੁੜਿਆ ਹੋਇਆ ਹੈ, ਇਹਦੇ ਵਿੱਚ ਤੇ ਰੱਬ ਦੇ ਵਿੱਚ ਫਰਕ ਨਹੀਂ ਹੈ। ਤਾਂ ਮਹਾਰਾਜ ਜੀ ਫਰਮਾਉਂਦੇ ਹਨ, ਜਿਨੀ ਸੰਜਾਤਾ ਸਾਈ। ਪਰ ਇਹ ਕਿਰਪਾ ਕਿਹਦੇ ਤੇ ਹੁੰਦੀ? ਜਿਨ੍ਹਾਂ ਨੇ ਮਾਲਕ ਨੂੰ ਸਾਈ ਕਹਿੰਦੇ, ਮਾਲਕ ਨੂੰ ਪਛਾਣ ਲਿਆ ਹੈ, ਉਹਨਾਂ 'ਤੇ ਇਹ ਕਿਰਪਾ ਹੁੰਦੀ ਹੈ। ਉਹ ਜੁੜੇ ਹੋਏ ਫਿਰ ਆਪਣਾ ਮੁੱਖ ਨਹੀਂ ਮੋੜਦੇ, ਬੇਮੁੱਖ ਨਹੀਂ ਹੁੰਦੇ ਆਪਣੇ ਸਤਿਗੁਰੂ ਤੋਂ। ਕੱਚੇ ਬਿਰਹੀ, ਪਰ ਜਿਹੜੇ ਕੱਚੇ ਬਿਰਹੀ ਹਨ, ਕੱਚੇ ਪ੍ਰੇਮੀ, ਮੰਦ ਵਿਰਾਗੀ, ਉਹ ਪਦਾਰਥਾਂ ਨੂੰ ਦੇਖ ਕੇ, ਦੁਨੀਆਂ ਦੇ ਸਵਾਦਾਂ ਨੂੰ, ਦੁਨੀਆਂ ਦੀ ਐਸ਼ ਪ੍ਰਸਤੀ ਨੂੰ ਵੇਖ ਕੇ ਝੜ ਜਾਂਦੇ ਨੇ, ਉਹ ਜੁੜੇ ਵੀ ਰਹਿੰਦੇ ਹਨ, ਉਹ ਟੁੱਟ ਜਾਂਦੇ। ਦੁਨੀਆਂ ਦਾ ਰਸ ਕਸ ਉਹਨਾਂ ਨੂੰ ਮਹਾਰਾਜ ਤੋਂ ਬੇਮੁੱਖ ਕਰ ਦਿੰਦਾ ਹੈ। ਜਿਨ੍ਹਾਂ ਕਾਰਨ ਆਈ, ਜਿਨ੍ਹਾਂ ਨੂੰ ਉਸ ਪਰਮੇਸ਼ਰ ਦੀ ਭਗਤੀ ਕਰਦੀ ਨਹੀਂ ਆਈ। ਕਾਰ ਕੀ ਹੈ? ਭਗਤੀ। ਕਿਹੜਾ ਕੰਮ ਭਗਤੀ ਨਹੀਂ ਕਰਨੀ ਆਈ? ਜਿਨ੍ਹਾਂ ਨੂੰ ਗੁਰਸਿੱਖੀ ਨਿਭਾਉਣੀ ਨਹੀਂ ਆਈ, ਐਸੇ ਮੰਦ ਵਿਰਾਗੀ। ਕਿਉਂ? ਧਾਰਮਿਕ ਗ੍ਰੰਥਾਂ ਦੇ ਵਿੱਚ ਵਿਰਾਗ ਚਾਰ ਤਰ੍ਹਾਂ ਦਾ ਲਿਖਿਆ ਹੈ। ਇੱਕ ਹੁੰਦਾ ਯਤਮਾਨ ਵਿਰਾਗ, ਸੰਸਾਰ ਨੂੰ ਦੁੱਖ ਰੂਪ ਜਾਣ ਕੇ ਮਹਾਤਮਾ ਮਹਾਂਪੁਰਸ਼ ਸਾਧ ਸੇਵਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦਾ ਯਤਨ ਕਰਨਾ। ਇੱਕ ਹੁੰਦਾ ਵਿਅਤੀਰੇਕ, ਵਿਚਾਰ ਨਾਲ ਹਾਨੀਕਾਰਕ ਪਦਾਰਥਾਂ ਦਾ ਤਿਆਗ ਕਰਨਾ, ਕਿ ਇਹ ਹਾਨੀਕਾਰਕ ਆ, ਮੇਰਾ ਨੁਕਸਾਨ ਕਰਦੇ, ਤੇ ਲਾਭਦਾਇਕ ਪਦਾਰਥਾਂ ਨੂੰ ਗ੍ਰਹਿਣ ਕਰਨਾ। ਇੱਕ ਹੁੰਦਾ ਏਕ ਇੰਦਰੀ, ਇੰਦਰੀਆਂ ਦੇ ਭੋਗਾਂ ਤੋਂ ਗਲਾਨੀ ਪੈਦਾ ਕਰਦੇ ਤੇ ਮਨ ਵਿੱਚ ਸਾਰੇ ਇੰਦਰੀਆਂ ਨੂੰ ਲੈ ਕਰਨਾ, ਅੱਖਾਂ ਦੇ ਨਾਲ ਰੂਪ ਦੇਖਣਾ, ਕੰਨਾਂ ਨਾਲ ਸੁਣਨਾ, ਜ਼ਬਾਨ ਨਾਲ ਰਸ ਕਸ, ਚਮੜੀ ਸਪਰਸ਼, ਇਹ ਜਿੰਨੇ ਵੀ ਇੰਦਰੀਆਂ ਦੇ ਵਿਸ਼ੇ ਨੇ, ਇਹਦੇ ਵਿੱਚ ਗਲਾਨੀ ਪੈਦਾ ਹੋਣੀ। ਜਿਵੇਂ ਕਿਸੇ ਨੂੰ ਉਲਟੀ ਆਉਂਦੀ ਹੈ, ਇੱਦਾਂ ਗਲਾਨੀ ਪੈਦਾ ਹੋਣੀ, ਉਹਨੂੰ ਕਹਿੰਦੇ ਏਕ ਇੰਦਰੀ ਵਿਰਾਗ। ਸਭ ਤੋਂ ਵੱਡਾ ਹੁੰਦਾ ਵਸ਼ੀਕਰਨ, ਜਦੋਂ ਮਨ ਉੱਤੇ ਪੂਰਨ ਤੌਰ 'ਤੇ ਕਾਬੂ ਕਰ ਲਈਦਾ ਹੈ ਅਤੇ ਪਦਾਰਥਾਂ ਵੱਲ ਮਨ ਜਾਣਾ ਅਤੇ ਛੱਡੋ, ਮਨ ਨੂੰ ਖਿਆਲ ਵੀ ਨਹੀਂ ਆਉਂਦਾ ਕਿਸੇ ਮਾੜੀ ਚੀਜ਼ ਦਾ, ਮਨ 'ਤੇ ਪੂਰਨ ਤੌਰ 'ਤੇ ਜਿਹਨੇ ਕਾਬੂ ਕਰ ਲਿਆ ਹੈ। ਤਾਂ ਐਸੇ ਜਿਹੜੇ ਜੁੜੇ ਹੋਏ ਨੇ ਉਹ ਤਾਂ ਨਹੀਂ ਡੋਲਦੇ, ਪਰ ਜਿਹੜੇ ਕੱਚੇ ਵਿਰਾਗੀ ਨੇ, ਕੱਚੇ ਪ੍ਰੇਮੀ ਨੇ, ਇਹ ਪਦਾਰਥ ਫਿਰ ਦੁਨੀਆਂ ਦੇ ਇਹੋ ਜਿਹੇ ਨੇ, ਬਦੋ ਬਦੀ ਤੋੜ ਦਿੰਦੇ ਰੱਬ ਦੇ ਰਾਹ ਤੋਂ, ਝੜ ਜਾਂਦੇ ਨੇ, ਟੁੱਟ ਜਾਂਦੇ ਨੇ, ਵਿਛੜ ਜਾਂਦੇ ਹਨ।
ਨਿਹੁਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ। ਧਣੀ ਕਹਿੰਦੇ ਮਾਲਕ ਨੂੰ, ਧਣੀ ਕਹਿੰਦੇ ਪਤੀ ਨੂੰ। ਪਰਮਾਤਮਾ ਕੀ ਆ? ਸਾਡਾ ਪਤੀ ਮਾਲਕ। ਪਰਮਾਤਮਾ ਮਿਲਿਆ ਨਹੀਂ ਤੇ ਉਹਦੇ ਤੋਂ ਬਿਨਾਂ ਸੱਜਣਾ ਪਾਈ ਫਿਰਦਾ। ਪਾਟ ਪਾਟ ਕਹਿੰਦੇ ਵਸਤਰ, ਬੜੇ ਸੋਹਣੇ ਕੱਪੜੇ ਪਾਉਣਾ, ਪਟੰਬਰ ਰੇਸ਼ਮੀ ਕੱਪੜੇ ਪਾਉਣਾ। ਰੱਬ ਤੈਨੂੰ ਮਿਲਿਆ ਨਹੀਂ ਇਹੋ ਜਿਹੇ ਕੱਪੜਿਆਂ ਨੂੰ ਕਹਿੰਦੇ ਭਾਹੇ ਸੇਤੀ ਜਾਲੇ, ਅੱਗ ਦੇ ਨਾਲ ਸਾੜਦੇ, ਅੱਗ ਦੇ ਨਾਲ ਫੂਕਦੇ, ਅਜੇ ਵਾਹਿਗੁਰੂ ਤੇ ਮਿਲਿਆ ਨਹੀਂ ਤੈਨੂੰ। ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸਹਿਨਾਲੇ। ਪਰ ਜੇ ਇਸ ਪਤੀ ਪਰਮਾਤਮਾ ਦੀ ਪ੍ਰਾਪਤੀ ਆ, ਜੇ ਰੱਬ ਮਿਲਿਆ ਵਾ, ਫਿਰ ਭਾਵੇਂ ਇੰਨੀ ਗਰੀਬੀ ਜ਼ਿਆਦੀ ਆ ਜਾਵੇ ਵੀ ਧੂੜੀ ਦੇ ਵਿੱਚ ਲੇਟਦੀ ਹੋਵੇ, ਇੰਨੀ ਗਰੀਬੀ ਹੋਵੇ ਵੀ ਕੱਪੜਿਆਂ 'ਤੇ ਧੂੜ ਚੜ੍ਹੀ ਹੋਵੇ, ਮਿੱਟੀ ਦੇ ਵਿੱਚ ਹੀ ਰਹਿਣਾ ਪੈਂਦਾ ਹੋਵੇ, ਪਰ ਜੇ ਰੱਬ ਮਿਲ ਗਿਆ, ਪਰਮਾਤਮਾ ਮਿਲ ਗਿਆ ਹੈ ਤਾਂ ਸੱਚੇ ਪਾਤਸ਼ਾਹ ਕਹਿੰਦੇ ਬਹੁਤੀ ਸੋਭਨੀਕ ਲੱਗਦੀ, ਬਹੁਤੀ ਫੱਬਦੀ। ਇਸ ਪ੍ਰਕਾਰ ਗਰੀਬ ਨਵਾਜ ਸਮਝਾਉਂਦੇ ਹਨ। ਗੁਰ ਕੈ ਸ਼ਬਦ ਅਰਾਧੀ ਹੈ, ਨਾਮ ਰੰਗ ਬੈਰਾਗ। ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਕੋਈ ਮਾਰੂ ਰਾਗ ਗਾਉਂਦਾ ਸੀ, ਕਹਿੰਦੇ ਮਹਾਰਾਜ ਮਾਰੂ ਰਾਗ ਬੜਾ ਸੋਹਣਾ ਗਾਉਂਦਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹਨੇ ਵਿਰਾਗ ਦੇ ਵਿੱਚ ਵਈ ਨਾਮ ਰਹਿਤ ਰਾਗ ਮੈਨੇ ਮੋਹ ਖਿੱਚ, ਜਿਹਨੇ ਦੁਨੀਆਂ ਦੇ ਪਦਾਰਥਾਂ ਦਾ ਰਾਗ ਛੱਡ ਕੇ ਗੁਰੂ ਦੇ ਸ਼ਬਦ ਦੁਆਰਾ ਪ੍ਰੇਮ ਦੇ ਨਾਲ ਉਸ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ। ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹੋ ਰਾਗ। ਪੰਜਾਂ ਵੈਰੀਆਂ ਨੂੰ ਜਿਹਨੇ ਜਿੱਤ ਲਿਆ ਹੈ, ਜਿਹਨਾਂ ਦਾ ਜ਼ਿਕਰ ਕੱਲ ਆਉਂਦਾ ਪਿਆ ਸੀ, ਕਾਮ ਕ੍ਰੋਧ ਲੋਭੋ ਹੰਕਾਰ, ਜਿਹਨੇ ਇਹਨਾਂ ਪੰਜਾਂ ਨੂੰ ਜਿੱਤ ਲਿਆ ਹੈ, ਉਹਦਾ ਰਾਗ ਗਾਉਣਾ, ਮਾਰੂ ਰਾਗ ਗਾਉਣਾ ਉਹਦਾ ਸਫਲਾ ਹੈ, ਬਾਕੀ ਕਿਸੇ ਦਾ ਗਾਉਣਾ ਕੋਈ ਸਫਲਾ ਨਹੀਂ। ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਾਨੂੰ ਇੱਕ ਤਾਂ ਲੱਖ ਤੋ ਜਿੱਤੀ ਪਿੰਨੜੇ ਦਰ ਕਿੱਤੜੇ। ਇੱਕ ਲੋਭੀ ਸੀ ਬ੍ਰਾਹਮਣ, ਆਣ ਕੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਮੈਂ ਬੜਾ ਗਰੀਬ ਹਾਂ, ਮੈਨੂੰ ਕੁਝ ਮਿਲਣਾ ਚਾਹੀਦਾ ਹੈ। ਤਾਂ ਹਜ਼ੂਰ ਨੇ ਜਥਾ ਸ਼ਕਤ ਜਿੰਨੀ ਕੁ ਉਹਦੀ ਲੋੜ ਸੀ ਉਹ ਪੂਰੀ ਕਰ ਦਿੱਤੀ, ਪਰ ਉਹ ਹੈ ਸੀ ਲੋਭੀ। ਉਹ ਲੋਭ ਕਰਕੇ ਮਹਾਰਾਜ ਦੀ ਨਿੰਦਿਆ ਕਰਨ ਲੱਗ ਪਿਆ, ਇੱਥੋਂ ਤੱਕ ਸ਼ਬਦ ਕਹਿ ਦਿੱਤੇ ਜੀ ਮੈਂ ਤੁਸੀਂ ਸਿੱਖਾਂ ਤੋਂ ਮੰਗਦੇ ਹਾਂ ਅਤੇ ਮੈਂ ਜਜਮਾਨਾਂ ਤੋਂ ਮੰਗ ਕੇ ਖਾਂਦਾ, ਕੋਈ ਫਰਕ ਨਹੀਂ ਤੁਹਾਡੇ ਵਿੱਚ ਅਤੇ ਮੇਰੇ ਵਿੱਚ। ਇੱਦਾਂ ਲੋਭ ਦੇ ਵਿੱਚ ਆ ਕੇ ਸੱਚੇ ਪਾਤਸ਼ਾਹ ਦੀ ਨਿੰਦਿਆ ਕੀਤੀ। ਤਾਂ ਮਹਾਰਾਜ ਉਹਨੂੰ ਕਹਿਣ ਲੱਗੇ ਭਾਈ ਅਸੀਂ ਕਿਸੇ ਬੰਦੇ ਦੀ ਆਸ ਨਹੀਂ ਰੱਖਦੇ, ਅਸੀਂ ਰੱਬ 'ਤੇ ਯਕੀਨ ਰੱਖਦੇ ਹਾਂ, ਪਰਮਾਤਮਾ 'ਤੇ ਯਕੀਨ ਰੱਖਦੇ, ਅਸੀਂ ਵਾਹਿਗੁਰੂ 'ਤੇ ਭਰੋਸਾ ਰੱਖਦੇ। ਕੀ ਕਹਿੰਦੇ ਸੱਚੇ ਪਾਤਸ਼ਾਹ? ਜਾਂ ਇੱਕ ਤਾਂ ਲੱਖ, ਮੈਂ ਤਾਂ ਕਹਿੰਦੇ ਜਦ ਵੀ ਮੰਗਦਾ ਤਾਂ ਇੱਕ ਪਰਮਾਤਮਾ ਪਾਸੋਂ ਮੰਗਦਾ ਵਾਂ। ਤੋ ਜਿੱਤੀ ਪਿੰਨੜੇ ਪਿੰਨੜੇ ਦਰ ਕਿੱਤੜੇ, ਤੇਰੇ ਲਈ ਪਿੰਨੜੇ ਮੰਗਣ ਵਾਸਤੇ ਕਿੱਤੜੇ ਲੱਖਾਂ ਹੀ ਦਰ ਹੋਣਗੇ, ਕਦੀ ਕਿਸੇ ਤੋਂ ਮੰਗਦਾ ਕਦੀ ਕਿਸੇ ਤੋਂ ਮੰਗਦਾ। ਕਹਿੰਦੇ ਤੇਰਾ ਸਾਡਾ ਬੜਾ ਫਰਕ ਆ, ਅਸੀਂ ਜਦੋਂ ਮੰਗਦੇ ਇੱਕ ਤੋਂ ਮੰਗਦੇ ਤੇ ਤੇਰੇ ਵਰਗੇ ਲੱਖਾਂ ਹੀ ਦਰਵਾਜ਼ਿਆਂ ਤੇ ਜਾ ਕੇ ਮੰਗਦੇ ਹਨ। ਬਾਹਮਣ ਬ੍ਰਿਥਾ ਗਯੋ ਜਨਮ, ਜਿਨਕੀ ਤੋ ਸੋ ਵਿਸਰੇ। ਹੇ ਬ੍ਰਾਹਮਣ, ਲੋਕਾਂ ਦੇ ਦਰਵਾਜ਼ਿਆਂ ਤੇ ਜਾ ਕੇ ਮੰਗਦਾ, ਜੇ ਮੰਗਣਾ ਤੇ ਰੱਬ ਤੋਂ ਮੰਗ, ਰੱਬ ਤੇ ਭਰੋਸਾ ਰੱਖ। ਇਸ ਕਰਕੇ ਜਿਹੜਾ ਮਨੁੱਖਾ ਜਨਮ ਸੀ ਤੇਰਾ, ਇਹ ਨਿਸਫਲ ਚਲਾ ਗਿਆ। ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਉਹ ਵਾਹਿਗੁਰੂ ਤੈਨੂੰ ਭੁੱਲ ਗਿਆ ਤੇ ਮੰਗਣ ਦੇ ਵਿੱਚ ਹੀ ਸਾਰੀ ਉਮਰ ਲੰਘਾ ਦਿੱਤੀ, ਲੋਭ ਦੇ ਵਿੱਚ, ਲਾਲਚ ਦੇ ਵਿੱਚ।
सूरठ सो रस पीजिए कबहू ना फीका होए। किसे ने सूरठ रागणी दा गायन कीता, महाराज कहिंदे सूरठ सूरठ कहिंदे बुद्धि नूं वी जां सूरठ रागणी द्वारा उस आत्मा दे रस नूं पीणा कर। आत्मा दा रस जिहड़ा है ये कदी फिका नहीं होंदा। पदार्थां दे रस विशियां दे रस ये फिक्के पै जांदे ने, पर आत्म रस जिहड़ा है ये कदी भी फिका नहीं पैंदा। नानक राम नाम गुण गाईऐ है दरगह निर्मल सोए। जिहड़े वाहिगुरू परमेश्वर दे गुणां नूं गाउंदे हन ਉਹ ਪ੍ਰਲੋਕ ਦੇ ਵਿੱਚ ਨਿਰਮਲ ਸੋਏ ਸੋਭਾ ਵਾਲੇ ਹੁੰਦੇ ਨੇ। ਉਹਨਾਂ ਦੀ ਪ੍ਰਲੋਕ ਦੇ ਵਿੱਚ ਵੀ ਸੋਭਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੁੰਦੀ ਹੈ। ਜੋ ਪ੍ਰਭ ਰੱਖੇ ਆਪ ਤਿੰਨ ਕੋਈ ਨਾ ਮਾਰਈ। ਜਿਨ੍ਹਾਂ ਗੁਰਮੁਖਾਂ ਨੂੰ ਪ੍ਰਭੂ ਨੇ ਆਪ ਕਿਰਪਾ ਦਾ ਹੱਥ ਦੇ ਕੇ ਰੱਖਣਾ ਕੀਤਾ, ਰੱਖਿਆ ਕੀਤੀ, ਉਹਨਾਂ ਨੂੰ ਕੋਈ ਵੀ ਨਹੀਂ ਮਾਰ ਸਕਦਾ। ਮਾਰਨ ਦੀ ਤੇ ਗੱਲ ਛੱਡੋ, 3.5 ਕਰੋੜ ਰੋਮ ਮੰਨੇ ਆ ਬੰਦੇ ਦੇ ਸਰੀਰ ਉੱਤੇ, 3.5 ਕਰੋੜ ਰੋਮਾਂ ਦੇ ਵਿੱਚੋਂ ਕਹਿੰਦੇ ਇੱਕ ਵੀ ਨਹੀਂ ਤੋੜ ਸਕਦਾ, ਵਿੰਗਾ ਹੋ ਸਕਦਾ। ਮਹਾਰਾਜ ਕਹਿੰਦੇ ਵਿੱਚ ਕਰਤਾ ਪੁਰਖ ਪੁਰਖ ਖਲੋਆ ਵਾਲ ਨਾ ਵਿੰਗਾ ਹੋਵਾ। ਜਿਹਨੂੰ ਰੱਬ ਰੱਖਦਾ ਉਹਨੂੰ ਕੋਈ ਨਹੀਂ ਮਾਰ ਸਕਦਾ। ਤੇ ਦੂਸਰੇ ਪਾਸੇ ਜਿਨਕੀ ਚੀਰੀ ਦਰਗਹਿ ਪਾਟੀ, ਤਿੰਨਾਂ ਮਰਨਾ ਭਾਈ, ਪਰ ਜਿਹਦੀ ਧੁਰ ਦਰਗਾਹ ਤੋਂ ਉਮਰ ਪਾੜ ਕੇ ਸੁੱਟ ਦਿੱਤੀ ਉਹਨੂੰ ਮਰਨਾ ਹੀ ਪੈਂਦਾ ਹੈ। ਜਿਹਨੂੰ ਰੱਖਣ ਵਾਲਾ ਉਹਨੂੰ ਮਾਰ ਨਹੀਂ ਸਕਦਾ, ਜਿਹਨੂੰ ਮਾਰਨ ਵਾਲਾ ਉਹਨੂੰ ਕੋਈ ਰੱਖ ਨਹੀਂ ਸਕਦਾ। ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ। ਗੁਰਮੁਖਾਂ ਦੇ ਅੰਦਰ ਨਾਮ ਨਿਧੀਆਂ ਦਾ ਖਜ਼ਾਨਾ ਹੈ। ਉਹ ਨਾਮ ਦੀ ਕਮਾਈ ਕਰਦੇ ਨੇ ਤੇ ਹਮੇਸ਼ਾ ਹੀ ਪ੍ਰਭੂ ਦੇ ਗੁਣਾਂ ਨੂੰ ਸਾਰੇ ਹੀ ਸੰਭਾਲਦੇ ਨੇ। ਜਦੋਂ ਵੀ ਕੋਈ ਕਿਰਪਾ ਹੋਵੇ, ਸੁੱਖ ਹੋਵੇ, ਰੱਬ ਨੂੰ ਚੇਤੇ ਕਰਕੇ ਉਹਦੇ ਗੁਣਾਂ ਨੂੰ ਗਾਉਂਦੇ ਹਨ। ਏਕਾ ਟੇਕ ਅਗਾਮਾ ਮਨ ਤਨ ਪ੍ਰਭ ਧਾਰੇ। ਉਹ ਗੁਰਮੁਖ ਜਿਹੜੇ ਨੇ ਉਹ ਮਨ ਕਰਕੇ ਤਨ ਕਰਕੇ ਇੱਕ ਅਗੰਮ ਪ੍ਰਭੂ ਪਰਮੇਸ਼ਰ ਦੀ ਹੀ ਟੇਕ ਰੱਖਦੇ, ਇੱਕ ਵਾਹਿਗੁਰੂ ਪਰਮੇਸ਼ਰ ਦਾ ਹੀ ਆਸਰਾ ਤੱਕਦੇ ਹਨ। ਲੱਗਾ ਰੰਗ ਅਪਾਰ ਕੋ ਨਾ ਉਤਾਰੀ। ਐਸੇ ਗੁਰਮੁਖਾਂ ਨੂੰ ਫਿਰ ਪ੍ਰਭੂ ਪਰਮੇਸ਼ਰ ਜੀ ਦਾ ਵਾਹਿਗੁਰੂ ਦਾ ਪ੍ਰੇਮ ਰੂਪੀ ਗੂੜਾ ਰੰਗ ਚੜ੍ਹਦਾ ਹੈ। ਜਿਨ੍ਹਾਂ ਨੂੰ ਇਹ ਪ੍ਰੇਮ ਦਾ ਗੂੜਾ ਰੰਗ ਚੜ੍ਹ ਜਾਂਦਾ ਹੈ, ਫਿਰ ਇਹ ਰੰਗ ਕਿਸੇ ਤਰ੍ਹਾਂ ਵੀ ਲਹਿ ਨਹੀਂ ਸਕਦਾ ਹੈ। ਜਿਵੇਂ ਸੱਚੇ ਪਾਤਸ਼ਾਹ ਕਹਿੰਦੇ ਹਨ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੰਡ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਲਾਲ ਰੰਗ ਉਹਨਾਂ ਨੂੰ ਚੜ੍ਹਦਾ ਵਾ ਜਿਨ੍ਹਾਂ ਦੇ ਵੱਡੇ ਭਾਗ। ਤੇ ਕਈ ਮੇਰੇ ਅਰਗਿਆਂ ਨੇ ਜਿੱਦਣ ਵਿਆਹ ਕਰਾਉਣਾ ਹੁੰਦਾ ਨਾ, ਉਦਣ ਲਾਲ ਰੰਗ ਦੀ ਪੱਗ ਬੜੀ ਠੋਕ ਕੇ ਬੰਨਣਗੇ ਤੇ ਪੰਗਤੀ ਪੜ੍ਹਨਗੇ, ਲਾਲ ਰੰਗ ਤਿਸ ਕੋ ਲੱਗਾ। ਹੁਣ ਉਹਨੂੰ ਕਿਹੜਾ ਦੱਸੇ ਭਰਾਵਾ, ਇਹ ਲਾਲ ਰੰਗ ਨਹੀਂ ਜਿਹੜਾ ਤੂੰ ਵਿਆਹ ਵਾਲੇ ਦਿਨ ਬੰਨੇ ਫਿਰਦਾ ਜਾਂ ਬੀਬੀਆਂ ਪਾਈ ਫਿਰਦੀਆਂ, ਇਹ ਲਾਲ ਰੰਗ ਨਹੀਂ। ਇੱਥੇ ਲਾਲ ਰੰਗ ਦਾ ਭਾਵ ਆ ਪ੍ਰੇਮ, ਵਾਹਿਗੁਰੂ ਦਾ ਪ੍ਰੇਮ। ਜਿਹਨੂੰ ਵਾਹਿਗੁਰੂ ਦਾ ਪ੍ਰੇਮ ਇੱਕ ਵਾਰੀ ਲੱਗ ਜਾਂਦਾ ਉਹ ਨਹੀਂ ਲੈਂਦਾ। ਤੇ ਆ ਜਿਹੜਾ ਵਿਆਹ ਵਾਲਾ ਰੰਗ ਹੁੰਦਾ, ਮੈਂ ਸੱਜੀ ਤੁਹਾਨੂੰ ਦੱਸਾਂ, ਇਹਦੇ 15 ਦਿਨਾਂ 'ਚ ਫਿੱਕਾ ਪੈ ਜਾਂਦਾ, ਇਹ ਤਾਂ ਮਹੀਨੇ 'ਚ ਫਿੱਕਾ ਪੈ ਜਾਂਦਾ। ਅੱਜ ਕੱਲ੍ਹ ਬੜਾ ਧੋਖਾ ਹੁੰਦਾ ਬਹੁਤ। ਉਹ ਅੱਜ ਕੱਲ੍ਹ ਕੰਪਿਊਟਰ ਆ ਗਏ ਆ, ਉਹ ਫੋਟੋ ਇਹੋ ਜਿਹੀ ਬਣਾ ਦਿੰਦੇ ਆ, ਬਸ ਐਂ ਜਾਪਦਾ ਵੀ ਇਹਦੇ ਬਿਨਾਂ ਤਾਂ ਮੈਂ ਮਾਰੀ ਜਾਣਾ ਮੁੰਡਾ ਕਿਹੜਾ। ਤੇ ਜਦੋਂ ਸਾਡੀ ਬੱਚੀ ਭੈਣ ਲੜਕੀ ਉਹ ਮੁੰਡੇ ਦੀ ਫੋਟੋ ਦੇਖਦੀ ਤੇ ਉਹ ਵੀ ਏਡੀ ਕੰਪਿਊਟਰ ਤੋਂ ਬਣਾ ਕੇ ਕੱਢਦਾ ਵਾ, ਉਹ ਕਹਿੰਦੀ ਵੀ ਬਸ ਮੈਂ ਤੇ ਇਹਦੇ ਨਾਲ ਹੀ ਵਿਆਹ ਕਰਾਂ।
ਤੇ ਜਦੋਂ ਉਹ ਜਿਹੜਾ ਰੰਗ ਰੁੰਗ ਮਲਿਆ ਹੁੰਦਾ ਵਿਆਹ ਵਾਲੇ ਦਿਨ ਜਦੋਂ ਲਹਿ ਜਾਂਦਾ ਦੋ ਤਿੰਨਾਂ ਦਿਨਾਂ ਬਾਅਦ ਨਹਾਉਣ ਧੋਣ ਤੋਂ ਬਾਅਦ ਤੇ ਫਿਰ ਕਹਿੰਦਾ ਧੋਖਾ ਹੋ ਗਿਆ ਤੇ ਉਹ ਨਿਕਲੀ ਨਹੀਂ ਉਹ ਕਹਿੰਦੀ ਧੋਖਾ ਹੋ ਗਿਆ ਤੇ ਉਹ ਹੈ ਹੀ ਨਹੀਂ ਇਹ ਜਿਹੜੇ ਪਖੰਡ ਦੇ ਰੰਗ ਆ ਨਾ ਵਕਾਰਾਂ ਦੇ ਰੰਗ ਆ ਸੱਜਣਾ ਇਹ ਬਹੁਤਾ ਚਿਰ ਦੀ ਰਹਿੰਦੇ ਅਸਲੀ ਰੰਗ ਕੀ ਆ ਪ੍ਰੇਮ ਦਾ ਰੰਗ ਜਿਨ੍ਹਾਂ ਨੂੰ ਇੱਕ ਵਾਰੀ ਚੜ੍ਹ ਜਾਂਦਾ ਹੈ ਉਹਨਾਂ ਦਾ ਫਿਰ ਇਹ ਲਹਿੰਦਾ ਨਹੀਂ ਹੈ ਸੱਚੇ ਪਾਤਸ਼ਾਹ ਕਹਿੰਦੇ ਕਾਇਆ ਕਾਪਰ ਚੀਰ ਬਫਾਰੇ ਹਰ ਰੰਗ ਨਾ ਲਹੇ ਸੁਭਾਗਾ ਭਾਵੇਂ ਸਰੀਰ ਰੂਪੀ ਕੱਪੜੇ ਨੂੰ ਚੀਰ ਦੇਵੇ ਪਾੜ ਦੇਵੇ ਬੰਦ ਬੰਦ ਕੱਟ ਦੇਵੇ ਭਾਈ ਮਤੀ ਦਾਸ ਭਾਈ ਸਤੀ ਦਾਸ ਵਾਂਗ ਭਾਈ ਦਿਆਲੇ ਵਾਂਗ ਭਾਵੇਂ ਸਜ਼ਾ ਸਰਕਾਰ ਦੇਵੇ ਤਾਂ ਵੀ ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਚੜਿਆ ਇਹ ਨਹੀਂ ਲੈਂਦਾ ਉਹਨਾਂ ਦਾ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਾਈ ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਗੁਣਾਂ ਨੂੰ ਗਾ ਕੇ ਸਹਿਜ ਸੁਖ ਆਤਮ ਸੁਖ ਨੂੰ ਸੰਭਾਲਦੇ ਹਨ ਆਤਮ ਸੁਖ ਨੂੰ ਪ੍ਰਾਪਤ ਕਰਦੇ ਹਨ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਾਈ ਉਹ ਜਿਹੜੇ ਗੁਰਮੁਖ ਨੇ ਆਪਣੇ ਉਰ ਹਿਰਦੇ ਦੇ ਵਿੱਚ ਨਿਧੀਆਂ ਦਾ ਖਜ਼ਾਨਾ ਜਿੰਨੀਆਂ ਵੀ ਦੁਨੀਆਂ ਵਿੱਚ ਬਰਕਤਾਂ ਮਹਾਰਾਜ ਕਹਿੰਦੇ ਸਭ ਨਾਮ ਦੇ ਵਿੱਚ ਰੱਖੀਆਂ ਨਾਮ 'ਚ ਐਵੇਂ ਲੋਕ ਕਮਲੇ ਹੋਏ ਕਦੀ ਕਿਤੇ ਤੁਰੇ ਫਿਰਦੇ ਕਦੀ ਕਿਤੇ ਤੁਰੇ ਫਿਰਦੇ ਮਹਾਰਾਜ ਕਹਿੰਦੇ ਜੋ ਤੂੰ ਲੈਣਾ ਸਭ ਨਾਮ 'ਚ ਰੱਖਿਆ ਨਾਮ ਜਪ ਲਾ ਤੇ ਤੈਨੂੰ ਮਿਲ ਜੂਗਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਕਿੰਨੀਆਂ ਕੁ ਇਹਦੇ ਵਿੱਚ ਬਰਕਤਾਂ ਨੇ ਸਾਰਾ ਸੁਖਣੀ ਸਾਹ ਵੀ ਭਰਿਆ ਪਿਆ ਹੈ ਤਾਂ ਇਹ ਨਾਮ ਕੀ ਆ ਨਿਧੀਆਂ ਦਾ ਖਜ਼ਾਨਾ ਜੋ ਤੈਨੂੰ ਚਾਹੀਦਾ ਵਾ ਉਹ ਤੈਨੂੰ ਮਿਲੂਗਾ ਪਰ ਤੈਨੂੰ ਚੌਂਕੜਾ ਮਾਰ ਕੇ ਨਾਮ ਜਪਣਾ ਪਵੇਗਾ ਇਸ ਕਰਕੇ ਨਾਮ ਰੂਪੀ ਨਿਧੀਆਂ ਦੇ ਖਜ਼ਾਨੇ ਨੂੰ ਆਪਣੇ ਹਿਰਦੇ ਵਿੱਚ ਹਾਰ ਦੇ ਵਾਂਗ ਗਲ ਦੇ ਵਿੱਚ ਪਰੋਲਾ ਹਰ ਸਾਹ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਕਰ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਰਤਨ ਮਾਲ ਕਰ ਕੱਚੇ ਧਾਗੇ ਇਹ ਜਿਹੜੇ ਤੇਰੇ ਸਵਾਸ ਨੇ ਇਹ ਕੱਚੇ ਧਾਗੇ ਆ ਪਰ ਰਤਨਾਂ ਵਰਗੇ ਬੇਸ਼ਕੀਮਤੀ ਆ ਇਸ ਕਰਕੇ ਇਹਨਾਂ ਦੇ ਨਾਲ ਵਾਹਿਗੁਰੂ ਦਾ ਨਾਮ ਜਪ ਕਰੇ ਸੋ ਚੰਗਾ ਮਾਨ ਦੂਈ ਗੰਤ ਲਾਹੇ ਹੇ ਪੁਰਸ਼ਾ ਹੇ ਸੱਜਣਾ ਰੱਬ ਜੋ ਕਰਦਾ ਉਹਨੂੰ ਚੰਗਾ ਕਰਕੇ ਮੰਨ ਲਾ ਉਹਨੂੰ ਭਲਾ ਕਰਕੇ ਜਾਣ ਲਾ ਤੇ ਦੂਈ ਦੀ ਗਣਤ ਦੂਰ ਕਰ ਦੇ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਕਰ ਆਪਣੀ ਨਜ਼ਰ ਨਿਹਾਲ ਆਪੇ ਲਹੂ ਲਾਏ ਉਹ ਪਰਮਾਤਮਾ ਤੇਰੇ ਤੇ ਕਿੰਨੀ ਵੱਡੀ ਕਿਰਪਾ ਕਰੇਗਾ ਆਪਣੀ ਨਜ਼ਰ ਦੇ ਨਾਲ ਤੈਨੂੰ ਨਿਹਾਲ ਕਰ ਦੇਵੇਗਾ ਨਿਹਾਲ ਕਹਿੰਦੇ ਦੁੱਖਾਂ ਤੋਂ ਰਹਿਤ ਕਰ ਦੇਵੇਗਾ ਆਪਾਂ ਪੜ੍ਹਦੇ ਜੋ ਬੋਲੇ ਸੋ ਨਿਹਾਲ ਇਹਦਾ ਮਤਲਬ ਕਿ ਜੋ ਬੋਲੇ ਉੱਥੇ ਉਹਨਾਂ ਨੇ ਲਿਖਿਆ ਤਾਂ ਨਹੀਂ ਨਾ ਵਾਹਿਗੁਰੂ ਬੋਲੇ ਉਹ ਤੇ ਆਪਣੇ ਕੋਲੋਂ ਲਾਉਣਾ ਪਊਗਾ ਨਾ ਵੀ ਵਾਹਿਗੁਰੂ ਬੋਲੇ ਸੋ ਨਿਹਾਲ ਕਿ ਬੋਲੀ ਜਾਵੇ ਸੋ ਨਿਹਾਲ ਉਹ ਨਹੀਂ ਨਿਹਾਲ ਜਿਹੜਾ ਵਾਹਿਗੁਰੂ ਬੋਲੇ ਸੋ ਨਿਹਾਲ ਜਿਹੜਾ ਰੱਬ ਦਾ ਨਾਮ ਜਪੇ ਸੋ ਨਿਹਾਲ ਨਿਹਾਲ ਮੈਨੇ ਦੁੱਖਾਂ ਤੋਂ ਰਹਿਤ ਤਾਂ ਵਾਹਿਗੁਰੂ ਪਰਮੇਸ਼ਰ ਤੈਨੂੰ ਦੁੱਖਾਂ ਤੋਂ ਰਹਿਤ ਕਰ ਦੇਵੇਗਾ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਜਨ ਦੇਹੋ ਮਤੀ ਉਪਦੇਸ ਵਿੱਚੋਂ ਭਲਮ ਜਾਏ ਇਸ ਕਰਕੇ ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਇਹੋ ਜਿਹਾ ਉਪਦੇਸ਼ ਦਿਓ ਇਹੋ ਜਿਹੀ ਸਿੱਖਿਆ ਦਿਓ ਕਿ ਸਾਡੇ ਵਿੱਚੋਂ ਭਰਮ ਨਿਕਲ ਜਾਵੇ ਭੁਲੇਖੇ ਨਿਕਲ ਜਾਣ ਖੋਟੀ ਮਤ ਨਿਕਲ ਜਾਵੇ
ऐसी कृपा करो साडे उपर हे संत जनो। जो तुर लिखिया लेख सोई सब कमाए, पर की करिए जेड़ा किसे दे मथे ते लेख लिखिया ना, जेड़ा तो लेख लिखिया है, जे ते पिछले जन्म च पिछले समय च चंगे कर्म कीते ते फेर ते इत्थे कमाउणगे बंदगी सेवा सिमरत, जे नहीं कीते ਤਾਂ ਚੰਗੇ ਭਾਗਾਂ ਚੰਗੇ ਕਰਮਾਂ ਤੋਂ ਬਿਨਾਂ ਬੰਦਗੀ ਸੇਵਾ ਕਮਾ ਨਹੀਂ ਸਕਦੇ ਹਨ। ਸਭ ਕੱਛ ਤਿਸ ਦੇ ਵਸ ਦੂਜੀ ਨਾਹੀਂ ਜਾਏ, ਦੂਜੀ ਨਾਹੀਂ ਜਾਏ। ਉਹ ਪ੍ਰਭੂ ਪਰਮੇਸ਼ਰ ਤੇ ਸਭ ਕੁਝ ਹੱਥ ਵਸ ਹੈ, ਉਹਦੇ ਤੋਂ ਬਿਨਾਂ ਸੱਜਣਾ ਹੋਰ ਕੋਈ ਜਗ੍ਹਾ ਨਹੀਂ ਜਿੱਥੋਂ ਤੈਨੂੰ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਹੱਥ ਵਸ ਸਭ ਕੁਝ ਹੈ, ਉਹਦੇ ਅੱਗੇ ਅਰਦਾਸ ਕਰ, ਬੇਨਤੀ ਕਰ। ਨਾਨਕ ਸੁਖ ਆਨੰਦ ਪਾਏ ਪ੍ਰਭ ਕੀ ਮਨ ਰਜਾਏ। ਜਿਹਨੇ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ, ਜਿਹਨੇ ਪ੍ਰਭੂ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨ ਲਿਆ, ਉਹਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ। ਸੁਖ ਆਨੰਦ ਪ੍ਰਾਪਤ ਹੁੰਦਾ ਹੈ, ਉਹ ਫਿਰ ਸੁੱਖ ਦੇ ਵਿੱਚ ਸਮਾ ਜਾਂਦਾ ਹੈ। ਹੁਣ ਜਿਹੜਾ ਛੋਟਾ ਬੱਚਾ ਹੁੰਦਾ ਹੈ ਉਹਨੇ ਸਭ ਕੁਝ ਆਪਣੀ ਮਾਂ ਦੇ ਸੁੱਟਿਆ ਹੁੰਦਾ, ਫਿਰ ਇਸ ਕਰਕੇ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਖਾਣ ਪੀਣ ਨਹਾਉਣ ਧੋਣ ਜੋ ਆ ਸਭ ਮਾਂ ਨੂੰ ਹੀ ਕਰਨਾ ਪੈਣਾ, ਕਿਉਂ ਉਹਨੇ ਸਭ ਕੁਝ ਆਪਣੀ ਮਾਂ 'ਤੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਜਿਹਨੇ ਆਪਣੀ ਹਉਮੈ ਖਤਮ ਕਰਕੇ ਸਭ ਕੁਝ ਵਾਹਿਗੁਰੂ ਨੂੰ ਸਮਰਪਣ ਕਰ ਦਿੱਤਾ, ਤਾਂ ਫਿਰ ਵਾਹਿਗੁਰੂ ਪਰਮੇਸ਼ਰ ਆਪ ਉਹਦੀ ਸੇਵਾ ਕਰਨ ਲੱਗ ਪੈਂਦਾ, ਉਹ ਸੁੱਖ ਦੇ ਆਨੰਦ ਦੇ ਸਹਿਤ ਹੋ ਜਾਂਦੇ ਹਨ। ਗੁਰ ਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ, ਜਿਨ੍ਹਾਂ ਪੂਰੇ ਗੁਰੂ ਦੇ ਬਚਨਾਂ ਨੂੰ ਕਮਾਇਆ, ਜਿਨ੍ਹਾਂ ਪੂਰੇ ਗੁਰੂ ਦਾ ਸਿਮਰਤ ਕੀਤਾ, ਉਹਦੇ ਬਚਨ ਮੰਨੇ, ਉਹਦੇ ਹੁਕਮ ਤੇ ਚੱਲੇ, ਉਹ ਨਿਹਾਲ ਹੋ ਜਾਂਦੇ, ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ। ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇੱਕ ਵਾਰੀ ਦੀ ਗੱਲ ਹੈ, ਪੰਜ ਸੱਤ ਫਕੀਰ ਇਕੱਠੇ ਹੋ ਕੇ ਕਹਿੰਦੇ ਵੀ ਇੱਕ ਫਕੀਰ ਦੇ ਦਰਸ਼ਨ ਕਰਦੇ। ਕਿਹੜਾ ਫਕੀਰ? ਉਹਦੇ ਬਾਰੇ ਆਉਂਦਾ ਹੈ ਵੀ ਉਹ ਜਿਹੜਾ ਫਕੀਰ ਸੀ ਉਹ ਬੜੀ ਬੰਦਗੀ ਵਾਲਾ, ਬੜੀ ਕਮਾਈ ਵਾਲਾ ਸੀ। ਉਹਦਾ ਨਾਂ ਸੀ ਸ਼ੇਖ ਟੀਹਰ ਮੋਚੀ ਕਾਮਲ ਫਕੀਰ, ਪਰ ਹੈ ਵਿਚਾਰਾ ਮੋਚੀਆਂ 'ਚ ਉਸ। ਹੁਣ ਮੋਚੀ ਨੂੰ ਤੁਹਾਨੂੰ ਪਤਾ ਨੀਵਾਂ ਮੰਨਿਆ ਜਾਂਦਾ, ਮਾੜਾ ਮੰਨਦੇ ਨੇ ਜਿਹੜੇ ਤਗੜੇ ਲੋਕ ਨੇ। ਵੈਸੇ ਕਹਿੰਦੇ ਚਾਰ ਆਸ਼ਰਮ, ਆਸ਼ਰਮ ਦਾ ਮਤਲਬ ਕੀ ਹੁੰਦਾ, ਸ਼ਰਮ ਦਾ ਮਤਲਬ ਕੀ ਹੁੰਦਾ, ਆਸ਼ਰਮ ਦਾ ਮਤਲਬ ਕੀ ਹੁੰਦਾ, ਮਿਹਨਤ। ਜਿਹੜਾ ਤੁਸੀਂ ਕੰਮ ਕਰਦੇ ਹੋ ਚਾਰ ਆਸ਼ਰਮ, ਤਾਂ ਉਹਦੇ ਦਰਸ਼ਨ ਕਰਨ ਵਾਸਤੇ ਸ਼ੇਖ ਸ਼ਰਫ ਗਿਆ, ਸ਼ੇਖ ਬਹਾਵਦੀ ਗਿਆ, ਲਾਲ ਸਹਿਬਾਜ ਗਿਆ, ਇਕੱਠੇ ਹੋ ਕੇ ਬਾਬਾ ਫਰੀਦ ਨੂੰ ਵੀ ਲੈ ਗਏ ਵੀ ਚੱਲ ਉਹਦੇ ਦਰਸ਼ਨ ਕਰੀਏ। ਕਹਿੰਦੇ ਬੜੀ ਕਮਾਈ ਵਾਲਾ ਹੈ। ਸਭਨਾ ਨੇ ਕਿਹਾ ਵੀ ਜਿਹੜਾ ਟੀਅਰ ਮੋਚੀ ਆ ਇਹ ਕਾਮਲ ਫਕੀਰ, ਤੇ ਫਕੀਰਾਂ ਦੀ ਬੜੀ ਸੇਵਾ ਕਰਦਾ ਹੈ। ਇੱਥੋਂ ਤੱਕ ਭਾਵੇਂ ਗਰੀਬੀ ਬੜੀ ਆ, ਪਰ ਟੁਕੜਾ ਵੀ ਹੋਵੇ ਤੇ ਉਹ ਵੀ ਵੰਡ ਕੇ ਫਕੀਰਾਂ ਨਾਲ ਖਾਂਦਾ। ਤਾਂ ਸਾਰੇ ਇਕੱਠੇ ਹੋ ਕੇ ਉਹਨੂੰ ਦੇਖਣ ਚਲੇ ਗਏ। ਜਾਂਦਿਆਂ ਨੂੰ ਉਹ ਉਧੌੜੀ ਰੰਗ ਦਾ ਪਿਆਸ, ਹੱਥ ਵਿੱਚ ਰੰਗ ਦੀ ਟਿੰਡ ਭਰੀ ਹੋਈ, ਫਕੀਰਾਂ ਜਾ ਕੇ ਸਲਾਮ ਅਲੈਕੁਮ ਆਖਿਆ। ਸ਼ੇਖ ਟੀਹਰ ਉੱਠ ਕੇ ਖੜਾ ਹੋ ਗਿਆ ਹੱਥ ਜੋੜ,
ਤੇ ਫਕੀਰਾਂ ਨੇ ਆਖਿਆ ਵੀ ਸਾਨੂੰ ਕੁਝ ਖਵਾ ਕੁਝ ਦੇ, ਕੋਈ ਵੀ ਸਾਨੂੰ ਨਿਉਂਦਾ ਦੇ ਵੀ ਘਰੇ ਚੱਲੀਏ, ਉੱਥੇ ਜਾ ਕੇ ਕੋਈ ਖਾਧੇ ਅਸੀਂ ਭੁੱਖੇ ਆ। ਤਾਂ ਉਹ ਸ਼ੇਖ ਟੀਹਰ ਕਹਿੰਦਾ ਭਲਾ ਹੋਵੇ, ਉਹਦੇ ਕੋਲੇ ਜਿਹੜੀ ਟਿੰਡ ਸੀ ਨਾ, ਟਿੰਡ ਰੰਗ ਦੀ ਭਰੀ ਹੋਈ, ਉਹ ਕਹਿੰਦਾ ਬਿਸਮਿਲਲਾ ਕਹਿ ਕੇ ਪੀ ਜੋ ਸਾਰੇ। ਗਰੀਬੀ ਬੜੀ ਸੀ ਨਾ ਵਿਚਾਰੇ ਤੋਂ, ਰੰਗ ਵਾਲੀ ਟਿੰਡ ਹੀ, ਹੁਣ ਰੰਗ ਕੌਣ ਪੀਂਦਾ ਹੁਣ ਤੁਹਾਨੂੰ ਦੱਸੋ, ਕੋਈ ਦੱਸੋ ਤੇ ਸਹੀ, ਰੰਗ ਵੀ ਪੀਣਾ ਕਿਸੇ। ਤਾਂ ਉਹ ਕਹਿੰਦਾ ਬਿਸਮਿਲਲਾ ਕਹਿ ਕੇ ਬਸ ਪੀ ਜੋ ਸਾਰੇ। ਜਿਹੜਾ ਪੀਰ ਬਹਾਦੀ ਸੀ ਨਾ, ਇਹਨੇ ਮਨ ਦੇ ਵਿੱਚ ਨਫ਼ਰਤ ਜੀ ਲੈ ਆਉਂਦੀ ਐਵੇਂ ਮੋਚੀ ਜ਼ਿਆਦਾ ਹੋਵੇ ਤੇ, ਉਹਨੇ ਨਾ ਪੀਤੀ, ਬਾਕੀ ਸਾਰੇ ਰੱਬ ਦਾ ਨਾਂ ਲੈ ਕੇ ਪੀ ਗਏ। ਤੇ ਕੱਪੜਿਆਂ ਦੇ ਨਾ ਐਵੇਂ ਭੁਲੇਖਾ ਜਿਹਾ ਪਾਉਣ ਵਾਸਤੇ ਇਹਨੇ ਕੱਪੜਿਆਂ ਦੇ ਛਿੱਟੇ ਵੀ ਇੱਥੇ ਮਾਰ ਲਏ, ਵੀ ਜਿੱਦਾਂ ਮੂੰਹ ਨਾ ਪੀਤੀ ਹੋਵੇ ਤੇ ਦਾੜੀ ਥਾੜੀ ਕੋਈ ਛਿੱਟੇ ਪੈ ਗਏ, ਵੀ ਮੈਂ ਵੀ ਪੀਤੀ ਆ ਧੋਖਾ ਦੇਣ ਵਾਸਤੇ। ਹੋਇਆ ਕੀ, ਤਾਂ ਉਹ ਜਦੋਂ ਬਾਕੀ ਫਕੀਰ ਜਿਹੜੇ ਸੀ ਉਹ ਬੜੀ ਬਦਗੀ ਵਾਲੇ ਕਮਾਈ ਵਾਲੇ ਸੀ, ਪਰ ਇਹ ਵਿਚਾਰਾ ਹੈ ਨਹੀਂ ਸੀ ਇੰਨੀ ਬਦਗੀ ਆ ਜਿਹੜਾ ਪੀਰ ਬਹਾਦੀ ਸੀ। ਤਾਂ ਜਦੋਂ ਇਹ ਘਰੇ ਗਿਆ ਤੇ ਜਾ ਕੇ ਆਪਣੀ ਨੌਕਰ ਰਾਣੀ ਨੂੰ ਬਾਦੀ ਨੂੰ ਕਹਿੰਦਾ ਮੇਰੇ ਕੱਪੜੇ ਧੋ ਦੇ, ਗਏ ਸੀ ਵੱਡੇ ਫਕੀਰ ਦੇ ਦਰਸ਼ਨ ਕਰਨ, ਕੁੜਤਾ ਵੀ ਖਰਾਬ ਕਰਕੇ ਬਹਿ ਗਏ, ਰੰਗਾ ਕੇ ਬਹਿ ਗਏ। ਉਹ ਕੱਪੜਿਆਂ ਨੂੰ ਧੋਂਦੀ ਧੋਂਦੀ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ ਵੀ ਉਹ ਜਿਹੜੇ ਛਿੱਟੇ ਸੀ ਨਾ ਰੰਗ ਦੇ, ਉਹ ਮੂੰਹ ਦੇ ਨਾਲ ਉਹਨੇ ਕਿਤੇ ਚੂਸਣ ਲੱਗ ਪਈ। ਜਦੋਂ ਉਹਨੇ ਮੂੰਹ ਦੇ ਨਾਲ ਚੂਸੇ, ਉਹਨੂੰ ਕਹਿੰਦੇ ਅਗਮ ਨਿਗਮ ਦੀ ਸੋਝੀ ਹੋ ਗਈ। ਹੁਣ ਜਦੋਂ ਉਹਨੂੰ ਅਗਮ ਨਿਗਮ ਦੀ ਸੋਝੀ ਹੋ ਗਈ ਤੇ ਫਕੀਰ ਇਕੱਠੇ ਹੋਏ, ਕਿਸੇ ਨੇ ਆਖਿਆ ਮੈਂ ਸਾਗ ਨਾਲ ਰੋਟੀ ਖਾਣੀ ਆ, ਉਹ ਦੂਜੇ ਫਕੀਰ ਨੇ ਖਵਾ ਦੀ, ਕਿਸੇ ਨੇ ਆਖਿਆ ਮੈਂ ਖੀਰ ਖਾਣੀ, ਉਹਨੇ ਬਰਕਤ ਨਾਲ ਖਵਾ ਦਿੱਤੀ, ਇੱਕ ਨੇ ਆਖਿਆ ਮੈਂ ਨਾ ਮੱਕੇ ਸ਼ਹਿਰ ਦਾ ਹਲਵਾ ਖਾਣਾ, ਮੁਸਲਮਾਨਾਂ ਚ ਮੱਕਾ ਬੜਾ ਪ੍ਰਸਿੱਧ ਆ ਨਾ, ਕਾਬਾ ਬੜਾ ਪ੍ਰਸਿੱਧ, ਵੀ ਮੈਂ ਮੱਕੇ ਸ਼ਹਿਰ ਦਾ ਹਲਵਾ ਖਾਣਾ ਵਾ ਤੇ ਪੀਰ ਬਹਾਦ ਦੀ ਚੁੱਪ, ਹੁਣ ਜੇ ਕੋਈ ਬਰਕਤ ਹੋਵੇ ਤੇ ਖਵਾਵੇ, ਉਹਦੇ ਵਿਚਾਰਾ ਉਦਾਂ ਦਿਨ ਕੱਟਦਾ ਸੀ। ਉਹਤੋਂ ਕੁਝ ਪਤਾ ਬਣਿਆ ਹਾਰ ਕੇ, ਉਹ ਜਿਹੜੀ ਬਾਦੀ ਸੀ ਨਾ, ਜਿਹੜੀ ਸੇਵਾ ਕਰਨ ਵਾਲੀ ਨੌਕਰ ਰਾਣੀ ਸੀ, ਉਹ ਕਹਿੰਦੀ ਐਵੇਂ ਸਿਰ ਸੁੱਟ ਕੇ ਬੈਠਾ, ਇਹ ਕਿੱਡੀ ਕੁ ਗੱਲ ਆ, ਉਹਨੇ ਵਾਹਿਗੁਰੂ ਨੂੰ ਯਾਦ ਕੀਤਾ ਤੇ ਮੱਕੇ ਦਾ ਹਲਵਾ ਖਵਾਤਾ ਫੜ ਕੇ ਸਾਰੇ ਉੱਥੇ ਬੈਠੀ ਨਹੀਂ, ਉਹਦੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ, ਫਕੀਰਾਂ 'ਚ ਉਹਦੀ ਡੰਡ ਲੈ ਗਈ, ਉਹਨੂੰ ਅੰਦਰ ਵਾੜ ਕੇ ਘਰ ਦੀਆਂ ਬੀਬੀਆਂ ਇਕੱਠੀਆਂ ਕਰਕੇ ਪੁੱਛਦਾ, ਪੁੱਛੋ ਇਹਨੂੰ ਇਹ ਚੀਜ਼ ਇਹਨੂੰ ਕਿੱਥੋਂ ਮਿਲੀ। ਉਹਨੇ ਦੱਸਿਆ ਵੀ ਮੈਨੂੰ ਨਹੀਂ ਪਤਾ ਕਿੱਥੋਂ ਮਿਲੀ, ਤੇਰੇ ਕੁੜਤੇ ਨੂੰ ਰੰਗ ਲੱਗਾ ਸੀ, ਮੈਂ ਚੂਸ ਬੈਠੀ, ਹੋਰ ਨਹੀਂ ਮੈਨੂੰ ਪਤਾ ਕਿੱਥੋਂ ਮਿਲੀ। ਉਹ ਫਿਰ ਪਛਤਾਵੇ, ਉਹ ਰੋਵੇ, ਉਹ ਪਿੱਟੇ, ਤੇ ਉਹ ਦੁਬਾਰਾ ਗਿਆ ਟੀਹਰ ਮੋਚੀ ਦੇ ਕੋਲ, ਜਿਹੜਾ ਕਾਮਲ ਫਕੀਰ ਸੀ, ਵੀ ਇੱਕ ਵਾਰੀ ਫਿਰ ਉਹ ਰੰਗ ਦੇ। ਉਹ ਕਹਿੰਦਾ ਉਹੋ ਹੀ ਮੌਕਾ ਸੀ, ਹੁਣ ਉਹ ਰੰਗ ਨਾ ਲੱਭਾ ਸਾਰੀ ਉਮਰ। ਇਸ ਕਰਕੇ ਬਾਣੀ ਕੀ ਕਹਿੰਦੀ ਆ, ਜੇ ਤੂੰ ਮਿਲਣਾ ਵਾ ਫਿਰ ਤਨ ਮਨ ਧਨ ਸਭ ਸੌਂਕ ਗੁਰੂ ਕੋ, ਹੁਕਮ ਮੰਨਿਆ ਪਾਈਏ। ਤੇ ਜੇ ਸੱਜਣਾ ਵਿੱਚ ਇਹੋ ਜਿਹੀ ਗੱਲ ਆ ਗਈ, ਇੱਕ ਮੌਕਾ ਗਿਆ ਤੇ ਇੱਕ ਜਨਮ ਵੀ ਤੇਰਾ ਗਿਆ, ਇੱਕ ਜ਼ਿੰਦਗੀ ਵੀ ਤੇਰੀ ਗਈ, ਗਾਂ ਪਤਾ ਨਹੀਂ ਉਹ ਤਰਸ ਕਰੇ ਕਿ ਦਾਂ ਕਰੇ। ਤਾਂ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਪਾਉਣਾ ਉਹਨੂੰ, ਫਿਰ ਇਹ ਤਿੰਨੇ ਚੀਜ਼ਾਂ ਹੀ ਤੈਨੂੰ 100% ਮਹਾਰਾਜ ਨੂੰ ਅਰਪਣ ਕਰਨੀਆਂ ਪੈਣਗੀਆਂ। ਪਾਪੀ ਕਰਮ ਕਮਾਵਦੇ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ। ਇਸ ਕਰਕੇ ਸੱਜਣਾ ਸਭ ਕੁਝ ਗੁਰੂ ਨੂੰ ਸੌਂਪ, ਗੁਰੂ ਦੀ ਰਜਾ ਦੇ ਵਿੱਚ ਚੱਲ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਦੀ ਆਰਾਧਨਾ ਕਰ, ਨਾਮ ਦੀ ਕਮਾਈ ਕਰ। ਜਿਹੜੇ ਨਾਮ ਦੀ ਕਮਾਈ ਕਰਦੇ ਉਹਨਾਂ ਦੇ ਕਾਰਜ ਰਾਸ ਹੁੰਦੇ,
ਤੇ ਜਿਨ੍ਹਾਂ ਨਾਮ ਦੀ ਕਮਾਈ ਨਹੀਂ ਕੀਤੀ ਮੌਕਾ ਉਹਨਾਂ ਦੇ ਹੱਥੋਂ ਖੁੱਝ ਜਾਂਦਾ ਹੈ। ਪਾਪੀ ਕਰਮ ਕਰਦੇ ਕਰਦੇ ਹਾਏ ਹਾਏ, ਜਿਹੜੇ ਪਾਪੀ ਲੋਕ ਨੇ ਨਾ ਇਹ ਹਾਏ ਪੈਸਾ ਹਾਏ ਪੈਸਾ। ਹੁਣ ਤੁਸੀਂ ਕਹੋਗੇ ਵੀ ਕਿੱਦਾਂ ਦੀ ਕਥਾ ਕਰਦਾ, ਉਹ ਇੱਦਾਂ ਕਰਦੇ ਕਰਦੇ ਜਿਹੜੇ ਪਾਪੀ ਨੇ ਹਾਏ ਹਾਏ ਕਰਦੇ ਕਹਿੰਦੇ ਮਰ ਜਾਂਦੇ ਨੇ ਸਾਰੀ ਉਮਰ। ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਭ੍ਰਮਰਾਏ, ਜਾਂ ਫਿਰ ਕਹਿੰਦੇ ਇੱਥੇ ਤੇ ਬੜੇ ਹਾਸਾ ਸਕੇ ਮਾੜੇ ਕੰਮ ਕਰਦਾ, ਪਰ ਜਦੋਂ ਸਜ਼ਾ ਪ੍ਰਾਪਤ ਹੁੰਦੀ ਆ ਨਾ ਉਦੋਂ ਕਹਿੰਦੇ ਹਾਏ ਹਾਏ ਨਿਕਲਦੀ ਹੈ। ਤੇ ਧਰਮ ਰਾਜਾ ਏਦਾਂ ਸਜ਼ਾ ਦਿੰਦਾ ਜਿਵੇਂ ਮਧਾਣੀਆਂ ਚਾਟੀ ਦੇ ਵਿੱਚ ਦਹੀਂ ਨੂੰ ਮਥਨ ਰਿੜਕ ਦਿੰਦੀਆਂ ਫੜ ਕੇ। ਦਹੀਂ ਦਾ ਕੀ ਹਾਲ ਕਰਦੀ ਆ ਮਧਾਣੀ ਚਾਟੀ ਦੇ ਵਿੱਚ, ਇਹ ਹਾਲ ਕਹਿੰਦੇ ਸੱਜਣਾ ਉਹ ਉਹਨਾਂ ਦਾ ਕਰਦਾ ਹੈ ਜਿਨ੍ਹਾਂ ਸਾਰੀ ਉਮਰ ਪਾਪ ਕੀਤੇ। ਇੱਕ ਮੈਨੂੰ ਗੱਲ ਚੇਤੇ ਆ ਗਈ ਨਾਲ ਰਲਦੀ, ਧੰਨ ਬਾਬਾ ਫਰੀਦ ਸਾਹਿਬ ਮਹਾਰਾਜ ਜਿਹੜੇ ਬੜੇ ਸਬਰ ਸੰਤੋਖੀ ਤੇ ਬੜੀ ਗਰੀਬੀ ਕੱਟੀ ਵਾਢੀ ਕਰਨ ਜਾਂਦੇ ਰਹੇ, ਕਣਕ ਬੀਜਣ ਜਾਂਦੇ ਰਹੇ, ਬੜਾ ਕੁਝ ਕਰਦੇ ਰਹੇ, ਗਰੀਬੀ ਬੜੀ ਸੀ। ਇੱਥੋਂ ਤੱਕ ਲੱਕੜ ਦੀ ਰੋਟੀ ਬਣਾ ਕੇ ਗਲ 'ਚ ਟੰਗ ਛੱਡੀ, ਐਵੇਂ ਚੱਕ ਵੱਢ ਛੱਡਿਆ ਸੰਤੋਖ ਵਾਸਤੇ, ਇੰਨੀ ਗਰੀਬੀ ਸੀ। ਬੜਾ ਸਬਰ ਕੀਤਾ ਸਬਰ, ਪਰ ਇੱਕ ਦਿਨ ਪਤਾ ਕੀ ਹੋਇਆ, ਇਹ ਮਨ ਬੜਾ ਬੇਈਮਾਨ ਆ, ਇਹ ਸੋਚਣੋਂ ਨਹੀਂ ਅੜਦਾ। ਜਿਵੇਂ ਪਸ਼ੂ ਜਿਹੜੇ ਹੁੰਦੇ ਨਾ ਜਗਾਲੀ ਕਰਦੇ ਨਹੀਂ ਨਾ ਅੜਦੇ, ਮੂੰਹ ਮਾਰੀ ਜਾਣਾ ਮਾਰੀ ਜਾਣਾ, ਮਨ ਨੇ ਵੀ ਕੁਝ ਨਾ ਕੁਝ ਸੋਚੀ ਜਾਣਾ। ਜਿੱਦਣ ਇਹ ਸੋਚਣੋਂ ਅੜ ਗਿਆ ਉਦਣ ਤੇ ਤੂੰ ਬ੍ਰਹਮ ਗਿਆਨੀ ਹੋ ਗਿਆ, ਰੱਬ ਹੋ ਗਿਆ, ਇਸ ਕਰਕੇ ਇਹਨੇ ਹਟਣੇ ਨਹੀਂ ਦੇਣਾ। ਕਦੀ ਪੈਸੇ ਬਾਰੇ, ਕਦੀ ਮਕਾਨ ਬਾਰੇ, ਕਦੀ ਪਰਿਵਾਰ ਬਾਰੇ, ਕਦੀ ਜਾਇਦਾਦ ਬਾਰੇ, ਜਦੋਂ ਸਭ ਕੁਝ ਸੋਚ ਲਿਆ ਫਿਰ ਕਿਤੇ ਚੰਗੇ ਕਰਮ ਆਏ ਤੇ ਧਰਮ ਬਾਰੇ, ਵਾਹਿਗੁਰੂ ਬਾਰੇ। ਪਰ ਸੋਚਣ ਦੇ ਨਾਲ ਕੀ ਹੁੰਦਾ ਮਹਾਰਾਜ ਕਹਿੰਦੇ ਕੱਖ ਵਰੀ ਸੋਚਿਆ ਸੋਚਦਾ ਹੋਵੇ, ਉੱਥੇ ਤੇ ਚੱਲਣਾ ਪੈਂਦਾ, ਚੱਲਣਾ ਰਹੋ ਵਿਚਾਰ ਇਸ ਪਾਸੇ ਨਾ ਜਾਓ। ਤਾਂ ਉਹ ਮਨ ਦੇ ਵਿੱਚ ਇੱਕ ਦਿਨ ਵਿਚਾਰ ਆਇਆ ਵੀ ਖਰਬੂਜੇ ਖਾਣ ਨੂੰ ਜੀ ਕੀਤਾ, ਗਰੀਬੀ ਬੜੀ ਅੱਤਦੀ ਸੀ, ਹੁਣ ਪੈਸਾ ਪੱਲੇ ਨਹੀਂ, ਪੈਸਾ ਪੱਲੇ ਨਹੀਂ। ਇਹ ਹੁਣ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਇਹ ਬੜੀ ਹੋਰ ਤਰ੍ਹਾਂ ਦੀ ਆ, ਕਈ ਬੰਦੇ ਆ ਮੈਂ ਪੁੱਠੀਆਂ ਗੱਲਾਂ ਨੋਟ ਕਰ ਦੋ ਬੈਠੇ ਹੁੰਦੇ ਸਵਾਦ ਦੀ, ਇਹਨਾਂ ਕੋਈ ਨਹੀਂ ਕਰਦੀ, ਇਹ ਕਥਾ ਸੁਣਦੀ ਆਉਂਦੇ ਇਹਦੇ ਗਲਤੀ ਵੇਖਣ ਆਉਂਦੇ ਵੀ ਕਿੱਥੇ ਕਰਦਾ। ਹੁਣ ਅਗਲੀ ਗੱਲ ਥੋੜ੍ਹਾ ਜਿਹਾ ਹੌਸਲਾ ਰੱਖ ਕੇ ਸੁਣਿਓ, ਸਿਰਫ ਜੋ ਗ੍ਰੰਥਾਂ 'ਚ ਲਿਖਿਆ ਮੈਂ ਉਹ ਸੁਣਾਉਣ ਲੱਗਾ। ਪੈਸਾ ਪੱਲੇ ਨਹੀਂ, ਧੇਲਾ ਪੱਲੇ ਨਹੀਂ, ਤੇ ਕਿਸੇ ਨੇ ਖਰਬੂਜੇ ਖਾ ਕੇ ਛਿੱਲੜਾਂ ਸੁੱਟੀਆਂ ਸੀ, ਛਿੱਲੜਾਂ ਉਹ ਹੀ ਚੁੱਕ ਕੇ ਮੂੰਹ 'ਚ ਪਾਲੀਆਂ ਖੋ ਸਤਰਾ। ਐਸਾ ਸਬਰ ਕਮਾਇਆ ਬਾਬੇ ਫਰੀਦ ਨੇ, ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਉਹਦੀ ਬਾਣੀ ਚੜੀ। ਤਾਂ ਐਸਾ ਹਾਲ ਉਹਨਾਂ ਦਾ, ਤੇ ਖਰਬੂਜੇ ਖਾਣ ਵਾਲੇ ਜਿਹੜੇ ਸੀ ਨਾ, ਜਿਹੜੇ ਖਰਬੂਜੇ ਵੇਚਦੇ ਸੀ, ਇੱਥੇ ਜੂਠੀਆਂ ਛਿੱਲੜਾਂ ਦੀ ਮੈਂ ਗੱਲ ਨਹੀਂ ਕਰਦਾ, ਜਿਹੜੇ ਉਹ ਵੇਚਦੇ ਹੁੰਦੇ ਆ ਤੇ ਸੁੱਟੀ ਜਾਂਦੇ ਪਾਸੇ, ਉਹਦੇ ਨਾਲ ਹੀ ਵਿਚਾਰਿਆਂ ਚੋਰੀ ਗੁਜ਼ਾਰਾ ਕੀਤਾ। ਤੇ ਉਹ ਜਿਹੜਾ ਖਰਬੂਜੇ ਵੇਚਦਾ ਪਿਆ ਸੀ ਉਹਦੀ ਛੁਰੀ ਕਿਸੇ ਨੇ ਚੁੱਕ ਲਈ, ਪੁਰਾਣਾ ਸਮਾਜ ਤੋਂ ਕਿੰਨੇ ਸੌ ਸਾਲ ਪਹਿਲਾਂ ਛੁਰੀ ਬੜੀ ਵੱਡੀ ਚੀਜ਼ ਹੁੰਦੀ ਸੀ, ਉਹ ਜਦੋਂ ਉਹਨੇ ਛੁਰੀ ਚੁੱਕ ਲਈ ਤੇ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਸਾਰੇ ਚੰਗੇ ਜਾਪਦੇ ਆ, ਪਾਟੇ ਜੇ ਲੀੜਿਆਂ ਵਾਲਾ ਇਹ ਛੱਕੀ ਹੈ। ਉਹ ਬਾਬੇ ਫਰੀਦ ਦੇ ਘਰੇ ਆ ਗਏ ਵੀ ਤੂੰ ਸਾਡੀ ਕਰਦ ਚੁੱਕੀ ਹੈ। ਉਹ ਕਹਿੰਦਾ ਭਰਾਓ ਹੁਣ ਉਹ ਤੇ ਵਿਚਾਰੇ ਛਿੱਲੜਾ ਖਾ ਕੇ ਆਏ ਸੀ ਤੇ ਉਹਨਾਂ ਕਰਦ ਕੀ ਚੁੱਕਣੀ ਸੀ ਕਿਸੇ। ਉਹ ਕਹਿੰਦਾ ਮੈਂ ਨੀ ਕਰਦ ਚੁੱਕੀ, ਪਰ ਇਹਨਾਂ ਨੂੰ ਯਕੀਨ ਨਾ ਆਇਆ, ਇਹ ਫੜ ਕੇ ਲੈ ਗਏ ਕੋਤਵਾਲ ਕੋਲੇ। ਤਾਂ ਕੋਤਵਾਲ ਨੇ ਨਾ ਕੋਰੜੇ ਦੀ ਸਜ਼ਾ ਦਿੱਤੀ, ਝੂਠੇ ਨਹੀਂ ਸੀ ਬਾਬਾ ਫਰੀਦ, ਉਹਨਾਂ ਨੇ ਇਲਜ਼ਾਮ ਲਾ ਤਾ ਵੀ ਨਹੀਂ ਇੰਨੇ ਹੀ ਚੁੱਕੀ, ਇਹ ਮੰਨਦਾ ਨਹੀਂ ਮਨਾਓ। ਇਹ ਜਦੋਂ ਉਹਨਾਂ ਦੇ ਕੋਰੜੇ ਵੱਜੇ, ਹੁਣ ਕੋਰੜਾ ਬਹੁਤ ਮਾੜੀ ਸਜ਼ਾ ਦਾ ਸਾਧ ਸੰਗਤ ਜੀ, ਜਿੱਥੇ ਵੱਜਦਾ ਪਿੱਠ ਤੋਂ ਮਾਸ ਹੀ ਡਾ ਦਿੰਦਾ, ਨਾਲ ਹੀ ਪੁੱਟ ਕੇ ਲੈ ਜਾਂਦਾ।
ਬੜੀ ਕਮਾਈ ਕੀਤੀ ਬਾਬਾ ਫਰੀਦ ਸਾਹਿਬ, ਧੰਨ ਬਾਬਾ ਫਰੀਦ ਸਾਹਿਬ, ਸਾਡੇ ਸਾਰਿਆਂ 'ਤੇ ਕਿਰਪਾ ਕਰ ਦਿਓ। ਤਾਂ ਜਦੋਂ ਉਹਨਾਂ ਨੂੰ ਸਜ਼ਾ ਮਿਲਦੀ ਪਈ ਹੈ, ਕੋਰੜੇ ਸਾਧ ਸੰਗ ਜੀ ਵੱਜਦੇ ਪਏ ਨੇ, ਜਿਉਂ ਜਿਉਂ ਕੋਰੜੇ ਵੱਜਣ ਫਰੀਦ ਫਿਰ ਖਿੜ ਖਿੜ ਕੇ ਹੱਸੇ। ਤਾਂ ਮਾਰਨ ਵਾਲੇ ਨੇ ਪੁੱਛਿਆ, ਉਹ ਖੁਦਾ ਦੇ ਬੰਦੇ ਤੈਨੂੰ ਚੋਟਾਂ ਮਾਰੀ ਦੀਆਂ ਤੂੰ ਹੱਸਦਾ ਕਿਉਂ? ਤੇ ਉੱਥੇ ਦੋ ਲਾਈਨਾਂ ਕਿਸੇ ਕਵੀ ਨੇ ਬੜੀਆਂ ਸੋਹਣੀਆਂ ਲਿਖੀਆਂ। ਉਹ ਕਹਿੰਦਾ, ਜਿੱਤੀ ਖੁਸ਼ੀਆਂ ਕੀਤੀਆਂ ਤਿੱਤੀ ਥੀਆ ਰੋਗ, ਛਿੱਲੂ ਕਾਰਨ ਮਾਰੀਏ ਖਾਧੇ ਦਾ ਕੀ ਹੋ। ਉਹ ਕਹਿਣ ਲੱਗਾ, ਯਾਰੋ ਮੈਂ ਹੱਸਦਾ ਇਸ ਕਰਕੇ ਆ ਵੀ ਮੈਂ ਤੇ ਛਿੱਲ ਮੂੰਹ ਚ ਪਾਈ ਤੇ ਮੇਰਾ ਇਹ ਹਸ਼ਰ ਹੋਇਆ, ਤੇ ਜਿਨ੍ਹਾਂ ਖਰਬੂਜੇ ਖਾਧੇ ਨਾਮ ਨਹੀਂ ਜਪਿਆ ਰੱਬ ਉਹਨਾਂ ਦਾ ਕੀ ਕਰੂਗਾ, ਮੈਂ ਤੇ ਇਸ ਗੱਲ ਨੂੰ ਰੋਂਦਾ। ਤਾਂ ਇਸ ਕਰਕੇ ਉਹਨਾਂ ਦਾ ਕੀ ਹਾਲ ਕਰੂਗਾ ਜਿਨ੍ਹਾਂ ਖਾ ਖਾ ਕੇ ਪੇਟ ਭਰੇ ਪਸ਼ੂਆ ਜਿਹਾ ਸੋਇਓ, ਖਾ ਕੇ ਸੌ ਜਾਣਾ ਤੇ ਬਦਗੀ ਨਾ ਕੀਤੀ ਰੱਬ ਦੀ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਨੇ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ, ਜਿਵੇਂ ਮਧਾਣੀ ਚਾਟੀ ਦੇ ਵਿੱਚ ਦਹੀਂ ਨੂੰ ਮੱਥ ਦਿੰਦੀ ਫੜ ਕੇ, ਏਦਾਂ ਉਹ ਮਥੇ ਜਾਣਗੇ ਰੱਬ ਦੀ ਦਰਗਾਹ ਦੇ ਵਿੱਚ। ਨਾਮ ਧਿਆਇਨ ਸਜਣਾ ਜਨਮ ਪਦਾਰਥ ਜੀਤ। ਇਸ ਕਰਕੇ ਹੇ ਸੱਜਣਾ, ਹੇ ਪੁਰਸ਼ਾ, ਨਾਮ ਨੂੰ ਧਿਆ। ਮਹਾਤਮਾ ਨੇ ਨਾਮ ਨੂੰ ਧਿਆਇਆ, ਨਾਮ ਦੀ ਕਮਾਈ ਕਰ ਤੇ ਜਨਮ ਪਦਾਰਥ ਨੂੰ ਜਿੱਤ ਲੈਣਾ ਕਰ। ਨਾਨਕ ਧਰਮ ਐਸੇ ਚਵਹੇ ਕੀਤੋ ਪਵਨ ਪੁਨੀਤ। ਗੁਰਬਾਣੀ ਦੇ ਵਿੱਚ ਚਾਰ ਪਦਾਰਥ ਮੰਨੇ ਆ ਵੱਖਰੇ। ਇੱਕ ਤੇ ਹੈ ਨਾਮ ਪਦਾਰਥ, ਇੱਕ ਆ ਜਨਮ ਪਦਾਰਥ, ਇੱਕ ਆ ਗਿਆਨ ਪਦਾਰਥ ਤੇ ਇੱਕ ਆ ਪ੍ਰੇਮ ਪਦਾਰਥ। ਇਹ ਚਾਰ ਚੀਜ਼ਾਂ ਕਹਿੰਦੇ ਬੜੇ ਵੱਡੇ ਭਾਗ ਹੋਣ ਤੇ ਮਿਲਦੀਆਂ, ਪਦਾਰਥ ਬਾਰੇ ਮਹਿੰਗੀ ਸ਼ੈ ਵਸਤੂ। ਤਾਂ ਮਹਾਰਾਜ ਕਹਿੰਦੇ, ਨਾਮ ਨੂੰ ਧਿਆ ਕੇ ਜਨਮ ਪਦਾਰਥ ਜਿੱਤ। ਜਿਹਨੇ ਨਾਮ ਨਹੀਂ ਜਪਿਆ ਉਹਨੂੰ ਤੇ ਏਦਾਂ ਮੱਥ ਦਿੱਤਾ ਜਿੱਦਾਂ ਮਧਾਣੀ ਮਰਦੀ, ਤੇ ਜਿਹਨੇ ਨਾਮ ਜਪਿਆ ਉਹਦੇ ਵਾਸਤੇ ਕੀ ਆ ਜੀ? ਉਹਦੇ ਵਾਸਤੇ ਕਹਿੰਦੇ ਧਰਮ ਰਾਜੇ ਨੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ, ਧੰਨ ਭਾਗ ਹੇ ਸੰਤ ਜੀ, ਹੇ ਗੁਰੂ ਕੇ ਸਿੱਖਾ, ਤੂੰ ਮੇਰਾ ਘਰ ਪਵਿੱਤਰ ਕਰ ਦਿੱਤਾ ਜਦੋਂ ਐਸ ਸੰਸਾਰ ਦੇ ਵਿੱਚ ਉਹ ਸਰੀਰ ਛੱਡ ਕੇ ਅੱਗੇ। ਇੰਨਾ ਸਤਿਕਾਰ ਧਰਮ ਰਾਜੇ ਨੇ ਉਹਨਾਂ ਦਾ ਕੀਤਾ ਹੈ। ਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ। ਕੁਮੰਤਰੀ ਕਹਿੰਦੇ ਨੇ ਖੋਟੇ ਸਲਾਹਕਾਰ, ਜਿਨ੍ਹਾਂ ਨੇ ਖੋਟੀਆਂ ਸਲਾਹਾਂ ਮੰਨੀਆਂ ਨਾ ਜ਼ਿੰਦਗੀ ਦੇ ਵਿੱਚ, ਉਹਨਾਂ ਦਾ ਮਨ, ਉਹਨਾਂ ਦੀ ਬੁੱਧੀ ਜਿਹੜੀ ਹੈ ਨਾ, ਉਹ ਮੋਹ ਰੂਪੀ ਜਿੱਲਣ ਦੇ ਵਿੱਚ, ਖੋਟੇ ਥਾਂ ਦੇ ਵਿੱਚ, ਮਾੜੇ ਵਿਸ਼ਿਆਂ ਵਿੱਚ ਸਾਰੀ ਉਮਰੀ ਖੁੱਭੀ ਰਹਿੰਦੀ। ਉਹ ਕਦੇ ਵੀ ਮਾੜੇ ਵਿਸ਼ਿਆਂ ਨੂੰ ਤਿਆਗਦੇ ਨਹੀਂ ਹਨ। ਨਾਨਕ ਸੇ ਉਪਰੇ ਜਿਨ੍ਹਾਂ ਭਾਗ ਮਥਾਹੇ। ਇਸ ਮੋਹ ਰੂਪੀ ਜਿੱਲਣ ਦੇ ਵਿੱਚੋਂ ਉਹੀ ਬਚੇ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹਨ। ਸੁਤੜੇ ਸੁਖੀ ਸਵਨ ਜੋ ਰਤੇ ਸਹਿ ਆਪਣੇ। ਜਿਹੜੇ ਪੁਰਸ਼ ਆਪਣੇ ਸਹਿ ਪਤੀ ਮਾਲਕ ਦੇ ਨਾਲ ਰਤੇ ਇੱਕ ਮਿੱਕ ਹੋ ਗਏ ਨੇ, ਉਹਨਾਂ ਬਾਰੇ ਕਹਿੰਦੇ ਹਨ ਉਹ ਪੁਰਸ਼ ਸੁੱਖ ਦੇ ਨਾਲ ਸੌਣ, ਉਹ ਸੁੱਖ ਦੇ ਨਾਲ ਸੁੱਤੇ ਰਹਿਣ, ਭਾਵ ਉਹ ਜਿਸ ਕਰਮ ਨੂੰ ਆਏ ਸੀ ਕਰਨ ਉਹਨਾਂ ਕਰ ਲਿਆ ਹੈ। ਪ੍ਰੇਮ ਵਿਸ਼ੋਹਾ ਧਣੀ ਸੌ ਅੱਠੇ ਪਹਿਰ ਲਵਾਨਾ। ਜਿਵੇਂ ਕੋਈ ਫਕੀਰ ਸੀ, ਰਾਤ ਨੂੰ ਸੁੱਤਿਆਂ ਪਿਆਂ ਨੂੰ ਉਠਾਉਂਦਾ ਸੀ ਸਾਰਿਆਂ, ਉੱਠੋ ਬੰਦਗੀ ਕਰੋ, ਹਰੇਕ ਨੂੰ ਉੱਠ ਕੇ ਕਵੇ ਬੰਦਗੀ ਕਰ ਲਈ, ਰੱਬ ਮਿਲ ਪਿਆ ਨਹੀਂ ਜੀ, ਕਹਿੰਦਾ ਫਿਰ ਸੁੱਤਾ ਕਾਹਦੇ ਵਾਸਤੇ। ਇੱਕ ਐਸਾ ਮਿਲਿਆ ਕਹਿੰਦਾ ਭਰਾਵਾ ਮਿਲ ਪਿਆ, ਕਹਿੰਦਾ ਫਿਰ ਸੌ ਮੈਂ ਤੇਰੀਆਂ ਲੱਤਾਂ ਘੁੱਟਾਂ, ਮੈਂ ਤੇਰੀ ਸੇਵਾ ਕਰਾਂ,
ਜੇ ਤੇ ਰੱਬ ਮਿਲ ਪਿਆ ਕਹਿੰਦੇ ਫਿਰ ਸੁੱਖ ਦੇ ਨਾਲ ਸੌ, ਤੇ ਜੇ ਨਹੀਂ ਮਿਲਿਆ ਤੇ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਗੋਇਆ ਹਰਾਮ ਕਰਦਮ, ਨੀਂਦ ਨੂੰ ਹਰਾਮ ਸਮਝ, ਨੀਂਦ ਨੂੰ ਹਰਾਮ ਕਰਦੇ ਜੇ ਰੱਬ ਤੈਨੂੰ ਮਿਲਿਆ ਨਹੀਂ, ਰੱਬ ਦੀ ਬੰਦਗੀ ਨਹੀਂ ਤੇਰੇ ਪਾਸੋਂ ਹੋਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰੇਮ ਬਿਛੋਹਾ ਧੜੀ ਸੋ ਅੱਠੇ ਪਹਿਰ ਲਵਨ, ਧਣੀ ਮਾਲਕ ਪ੍ਰਭੂ ਦੇ ਪ੍ਰੇਮ ਨਾਲ ਵਿਛੋੜਾ ਵਿਛੜਿਆ ਹੋਇਆ ਉਹ ਪੁਰਸ਼ ਅੱਠੇ ਪੈਰ ਰਾਤ ਦਿਨ ਲੋ ਲੋ ਕਰਦਾ ਰੋਂਦਾ ਫਿਰਦਾ ਦੁਨੀਆਂ ਤੇ, ਜਿਹਨੇ ਬਦਗੀ ਨਹੀਂ ਕੀਤੀ ਰੱਬ ਦੀ ਤੇ ਜਿਹਨੇ ਕੀਤੀ ਉਹਨੂੰ ਕਹਿੰਦੇ ਸੁੱਖ ਨਾ ਸੌ, ਮੈਂ ਤੇਰੀ ਸੇਵਾ ਕਰਾਂ, ਮੈਂ ਤੇਰੀਆਂ ਲੱਤਾਂ ਘੁੱਟਾਂ, ਤੇਰੇ ਚਰਨਾਂ ਦੀ ਸੇਵਾ ਕਰਾਂ। ਇਸ ਪ੍ਰਕਾਰ ਫਰਮਾਉਂਦੇ ਹਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਝੂਠੀ ਮਾਇਆ ਦੀ ਪ੍ਰਾਪਤੀ ਵਾਸਤੇ ਮੋਹ ਦੇ ਵਿੱਚ ਲੋਕ ਅਸੰਖ ਹੀ ਸੁੱਤੇ ਪਏ ਹਨ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ, ਜਿਵੇਂ ਜਿਵੇਂ ਰਸਨਾ ਦੇ ਨਾਲ ਨਾਮ ਜਪੀ ਜਾਵੇਗਾ ਉਵੇਂ ਉਵੇਂ ਜਾਗਦਾ ਜਾਵੇਗਾ, ਉਵੇਂ ਉਵੇਂ ਸਮਝ ਆਉਂਦੀ ਜਾਵੇਗੀ ਵੀ ਉਮਰ ਲੰਘਦੀ ਜਾ ਰਹੀ। ਤੇ ਜਿਹਨੇ ਨਾਮ ਨਹੀਂ ਜਪਿਆ ਮਾਇਆ ਚ ਚਿੱਤ ਜੁੜਿਆ ਉਹ ਤੇ ਕਹਿੰਦੇ ਸਾਰੀ ਉਮਰ ਜਾਗਦੇ ਵੀ ਸੁੱਤੇ ਹੀ ਨੇ, ਭਾਵ ਬੇਸਮਝੀ ਦੀ ਨੀਂਦ ਵਿੱਚ ਸੌਂਗੇ ਨੇ ਮਨ ਮਤ ਵਿੱਚ। ਮ੍ਰਿਗ ਤਿਸਨਾ ਪੇਖ ਪੁੱਲਣੇ ਬੁੱਠੇ ਨਗਰ ਗੰਧਰਵ, ਉਹ ਇਸ ਦੁਨੀਆਂ ਨੂੰ ਸੱਚੀ ਮੰਨਦੇ ਆ ਪਰ ਉਹਨਾਂ ਨੂੰ ਕਿਹੜਾ ਦੱਸੇ ਵੀ ਇਹ ਦੁਨੀਆਂ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗ ਝੂਠੀ ਹੈ, ਗੰਧਰਵ ਨਗਰ ਦੇ ਵਾਂਗ ਇਹ ਦੁਨੀਆਂ ਜਿਹੜੀ ਹੈ ਇਹ ਝੂਠੀ ਹੈ। ਇਸ ਕਰਕੇ ਫਰਮਾਉਂਦੇ ਹਨ ਸੱਚੇ ਪਾਤਸ਼ਾਹ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ, ਜਿਨ੍ਹਾਂ ਗੁਰਮੁਖਾਂ ਨੇ ਮਨ ਤਨ ਵਿੱਚ ਸੱਚੇ ਨਾਮ ਨੂੰ ਅਰਾਧਿਆ ਹੈ ਉਹ ਦੀਨ ਦੁਨੀਆਂ ਦੇ ਵਿੱਚ ਫਬ ਸੁਭਾਏਮਾਨ ਹੁੰਦੇ, ਉਹ ਦੀਨ ਦੁਨੀਆਂ ਦੇ ਵਿੱਚ ਸਤਿਕਾਰ ਪਾਉਂਦੇ ਹਨ। ਬਤਤ ਉਦਾਹਰਣ ਪਾਰ ਸਮਰੱਥ ਪੁਰਖ ਅਪਾਰ, ਇੱਕ ਸਿੱਖ ਨੇ ਪ੍ਰਸ਼ਨ ਕੀਤਾ ਵੀ ਰੱਬ ਕਿੱਦਾਂ ਦਾ ਹੈ, ਪਾਰ ਬ੍ਰਹਮ ਕਿੱਦਾਂ ਦਾ ਹੈ। ਤਾਂ ਮਹਾਰਾਜ ਕਹਿੰਦੇ ਪਤਤ ਉਦਾਹਰਣ ਪਾਪੀਆਂ ਨੂੰ ਤਾਰਨ ਵਾਲਾ ਹੈ ਉਹ ਪਾਰ ਬ੍ਰਹਮ ਸਮਰੱਥ ਸਰਬ ਕਲਾ ਸਮਰੱਥ ਸ਼ਕਤੀਵਾਨ ਪਰਮੇਸ਼ਰ ਹੈ, ਅਪਾਰ ਉਹਦਾ ਅੰਤ ਨਹੀਂ ਪਾਇਆ ਜਾਂਦਾ। ਜਿਸਹੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣ ਹਾਰ, ਸਤਿਗੁਰੂ ਜੀ ਬਰਮਾਉਂਦੇ ਉਹ ਪਰਮਾਤਮਾ ਜਿਹਨੂੰ ਦੁਨੀਆਂ ਤੋਂ ਤਾਰਨਾ ਚਾਹੁੰਦਾ ਵਾ ਉਹਦੀ ਨਿਸ਼ਾਨੀ ਕੀ ਆ, ਪਤਾ ਕਿੱਦਾਂ ਲੱਗੇ ਵੀ ਐਸ ਬੰਦੇ ਨੇ ਦੁਨੀਆਂ ਤੋਂ ਤਰ ਜਾਣਾ ਵਾ ਉਧਰ ਜਾਣਾ ਵਾ। ਤਾਂ ਮਹਾਰਾਜ ਕਹਿੰਦੇ ਜਿਹਨੂੰ ਉਹ ਤਾਰਨਾ ਚਾਹੁੰਦਾ ਵਾ ਉਹ ਪੁਰਸ਼ ਫਿਰ ਉਹਨੂੰ ਸਿਮਰਨ ਲੱਗ ਪੈਂਦਾ, ਉਹਦੀ ਬੰਦਗੀ ਕਰਨ ਲੱਗ ਪੈਂਦਾ ਹੈ। ਦੂਜੀ ਛੋੜ ਕੁਵਾਟੜੀ ਇੱਕ ਸੌ ਚਿਤ ਲਾਏ, ਇੱਕ ਰੱਬ ਦੀ ਉਪਾਸ਼ਨਾ ਛੱਡ ਕੇ ਜਿਹੜੇ ਦੂਜੀ ਉਪਾਸ਼ਨਾ ਭੂਤ ਪ੍ਰੇਤ ਪਤਾ ਨਹੀਂ ਕਿਹਨੂੰ ਕਿਹਨੂੰ ਮੰਨੀ ਜਾਂਦੇ। ਇੱਧਰ ਰਾਜਸਥਾਨ ਦੇ ਵਿੱਚ ਇੱਕ ਬੰਦਾ ਬੁਲਟ ਤੇ ਜਾਂਦਾ ਸੀ, ਬੁਲਟ ਮੋਟਰਸਾਈਕਲ ਤੇ, ਉਹਦਾ ਐਕਸੀਡੈਂਟ ਹੋ ਗਿਆ, ਲੋਕ ਏਡੇ ਕਮਲੇ ਛਦਾਈ ਆ ਉਹਨਾਂ ਨੇ ਉਹ ਬੁਲਟ ਨੂੰ ਸ਼ੀਸ਼ੇ 'ਚ ਮੜ ਕੇ ਉਹਦਾ ਬਣਾ ਤਾ ਬੁਲਟ ਬਾਬਾ ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਨੂੰ ਹੀ ਪੂੰਜੀ ਜਾਂਦੇ ਆ। ਸੁਣਿਆ ਕਦੀ ਤੋਂ ਉਹ ਬੁਲਟ ਕਈ ਦੀਵੇ ਜਗਾਈ ਜਾਂਦੇ, ਆਹ ਲੋਕਾਂ ਦਾ ਹਾਲ ਹੋਇਆ ਫਿਰਦਾ ਦੁਨੀਆਂ ਕਿੱਧਰ ਤੋਂ ਗਈ। ਆ ਕਈ ਸੱਪਾਂ ਨੂੰ ਪੂੰਜੀ ਜਾਂਦੀਆਂ ਮਾਈਆਂ, ਸੌਣ ਦਾ ਮਹੀਨਾ ਹੁਣ ਮੀਂਹ ਪੈਂਦੇ ਆ ਪਾਣੀ ਲੱਗੇ ਝੋਨਿਆਂ ਨੂੰ ਫਸਲਾਂ ਬੀਜੀਆਂ, ਅਖੀਰ ਉਹਨਾਂ ਵੀ ਕਿਤੇ ਕਿਸੇ ਦੇ ਘਰ ਵੜਨਾ ਹੀ ਆ ਜਾ ਕੇ, ਉਹਨਾਂ ਦੇ ਘਰਾਂ 'ਚ ਪਾਣੀ ਹੈ। ਤੇ ਜਦੋਂ ਇਹ ਮਹੀਨਿਆਂ 'ਚ ਸੱਪ ਬੜੇ ਨਿਕਲਦੇ ਤੇ ਜਿਹੜੇ ਵਹਿਮੀ ਲੋਕ ਉਹ ਕਹਿੰਦੇ ਤੁਹਾਡੇ ਘਰ ਸੱਪਾਂ ਦੀ ਜਗ੍ਹਾ ਵਾ, ਬਣਾ ਕੇ ਦੀਵਾ ਜਗਾਓ ਤਾਂ ਨਿਕਲਦੇ, ਬਾਕੀ ਸਾਰਾ ਸਾਲ ਤੇ ਨਿਕਲਦੇ ਨੇ ਤੇ ਸੱਪਾਂ ਦੀ ਪੂਜਾ। ਹੁਣ ਸੱਪ ਨੇ ਕਿਸੇ ਨੂੰ ਕੀ ਦੇਣਾ, ਸੱਪ ਅੱਗੇ ਦੀਵਾ ਜਗਾਈ ਜਾਂਦੇ, ਇਹਦੇ ਨਾਲੋਂ ਮੱਝ ਅੱਗੇ ਜਗਾ ਲਓ ਦੁੱਧ ਤੇ ਦਿੰਦੀ ਆ ਕੋਈ ਸੱਪ ਦਾ, ਉਹਨੇ ਤੁਹਾਨੂੰ ਕੀ ਦੇਣਾ, ਕੱਖ ਵੀ ਨਹੀਂ ਸਵਾ। ਤਾਂ ਮਹਾਰਾਜ ਕਹਿੰਦੇ ਦੂਜੀ ਛੋੜ ਕੁਵਾਟੜੀ,
ਦੂਜੇ ਪੁੱਠੇ ਰਾਹ ਛੱਡਦੇ ਜ਼ਿੰਦਗੀ ਚ। ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣਾ ਚਿੱਤ ਜੋੜ ਲੈ। ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਜਿਹੜੇ ਦੂਜੇ ਦੇ ਦਵੈਤ ਵਿੱਚ ਦੂਜੇ ਵਿੱਚ ਭਾਵਨਾ ਰੱਖਦੇ ਆ, ਪ੍ਰੇਮ ਕਰਦੇ ਆ, ਉਹ ਮੌਤ ਰੂਪੀ ਨਦੀ ਦੇ ਵਿੱਚ ਰੁੜਦੇ ਜਾਂਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਇਹ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾਇਆ। ਇਹ ਤਿੰਨਾਂ ਲੋਕਾਂ ਰੂਪੀ ਜਿਹੜਾ ਤੇ ਹਟੜਾ ਬਾਜ਼ਾਰ ਆ, ਇਹਦੇ ਵਿੱਚ ਦੁਨੀਆਂ ਜੰਮ ਕੇ ਕਰਮਾਂ ਦੇ ਨਾਲ ਦੁੱਖ ਤੇ ਸੁੱਖ ਦਾ ਸੌਦਾ ਕਰਦੇ ਆ। ਜਿਹਦੇ ਮਾੜੇ ਕਰਮ ਦੁੱਖ, ਜਿਹਦੇ ਚੰਗੇ ਕਰਮ ਸੁੱਖ, ਕਰਮਾਂ ਰੂਪੀ ਸੌਦਾ ਦੁਨੀਆਂ ਕਰਦੀ ਇਸ ਸੰਸਾਰ ਰੂਪੀ ਬਾਜ਼ਾਰ ਵਿੱਚ। ਸੱਚ ਵੱਖਰ ਜਿੰਨੀ ਲੱਦਿਆ ਸੇ ਸਚੜੇ ਪਾਸਾਰ। ਜਿਹਨਾਂ ਗੁਰਮੁਖਾਂ ਨੇ ਨਾਮ ਰੂਪੀ ਸੱਚੇ ਸੌਦੇ ਨੂੰ ਲੱਦਿਆ ਖਰੀਦਿਆ, ਲੱਦਿਆ ਖਰੀਦਿਆ ਖਰੀਦ ਲਿਆ, ਉਹਨਾਂ ਗੁਰਮੁਖਾਂ ਦਾ ਜਿਹੜਾ ਪਸਾਰ ਆ ਸ਼ੁਭ ਗੁਣਾਂ ਰੂਪੀ, ਉਹ ਪਸਾਰੇ ਵਾਲੇ ਹਨ। ਪੰਥਾ ਪ੍ਰੇਮ ਨਾ ਜਾਣਈ ਉਲੀ ਫਿਰੈ ਗਵਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜੀਵ ਰੂਪੀ ਇਸਤਰੀ ਪ੍ਰਭੂ ਦੇ ਪ੍ਰੇਮ ਰੂਪੀ ਪੰਥਾ ਰਸਤੇ ਨੂੰ ਜਾਣਦੀ ਨਹੀਂ, ਐਵੇਂ ਦੁਨੀਆਂ ਦੇ ਸੁੱਖ ਦੇ ਵਿੱਚ ਵਿਸ਼ਿਆਂ ਦੇ ਵਿੱਚ ਗਵਾਰ ਬੇਸਮਝ ਭੁੱਲੀ ਫਿਰਦੀ ਹੈ। ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਇਹ ਸੰਸਾਰੀ ਜੀਵ ਰੱਬ ਨੂੰ ਭੁਲਾ ਦਿੰਦੇ ਨੇ, ਇਸੇ ਕਰਕੇ ਅੰਨੇ ਨਰਕ ਦੇ ਵਿੱਚ, ਕੁੰਭੀ ਨਰਕ ਦੇ ਵਿੱਚ ਇਹਨਾਂ ਨੂੰ ਪਾ ਦਿੱਤਾ ਜਾਂਦਾ ਹੈ। ਮਾਇਆ ਮਨੋ ਨਾ ਬੀਸਰੈ ਮੰਗੈ ਦਮਾ ਦਮ। ਸੰਸਾਰ ਦੇ ਲੋਕਾਂ ਦਾ ਮਾਇਆ ਵਿੱਚ ਇੰਨਾ ਚਿੱਤ ਖੁੱਭ ਚੁੱਕਾ ਹੈ ਵੀ ਮਾਇਆ ਮਨ ਦੇ ਵਿੱਚੋਂ ਵਿਸਰਦੀ ਨਹੀਂ, ਹਰ ਦਮ ਦੇ ਨਾਲ ਹਰ ਸਾਹ ਦੇ ਨਾਲ ਸਿਰਫ ਪੈਸਾ ਹੀ ਚੇਤੇ ਆਉਂਦਾ, ਪੈਸਾ ਹੀ ਮੰਗਦਾ ਹੈ। ਸੋ ਪ੍ਰਭ ਚਿੱਤ ਨਾ ਆਵਈ ਨਾਨਕ ਨਹੀਂ ਕਰਮ। ਪਿਛਲੇ ਜਨਮਾਂ ਦੇ ਵਿੱਚ ਚੰਗੇ ਕਰਮ ਨਹੀਂ ਨਾ ਕੀਤੇ, ਕਰਮ ਮੇਰੇ ਕਰਮ, ਇਸ ਕਰਕੇ ਐਸ ਜਨਮ ਵਿੱਚ ਕਿੱਥੇ ਰੱਬ ਚੇਤੇ ਆਉਂਦਾ ਹੈ ਸੰਸਾਰੀ ਲੋਕਾਂ ਨੂੰ। ਜਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ। ਜਿੰਨਾ ਚਿਰ ਉਹ ਪਰਮੇਸ਼ਰ ਇਸ ਜੀਵ ਤੇ ਕਿਰਪਾਲੂ ਹੈ, ਤਿਚਰ ਓਨਾ ਚਿਰ ਇਹ ਜੀਵ ਮੂਲ ਕਦਾ ਚਿਤ ਵੀ ਕਿਸੇ ਪਦਾਰਥ ਵੱਲੋਂ ਇਹਨੂੰ ਘਾਟਾ ਨਹੀਂ ਪੈਂਦਾ ਜ਼ਿੰਦਗੀ ਦੇ ਵਿੱਚ। ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਤੱਖ ਸ਼ਬਦ ਜਾਂ ਲੰਗਰ ਜਾਂ ਉਪਦੇਸ਼ ਇਹ ਅਖੁੱਟ ਆ, ਇਹ ਕਦੇ ਨਹੀਂ ਮੁੱਕਦਾ। ਦੇਖ ਲਓ 20 ਰੁਪਈਏ ਲੈ ਕੇ ਚਲਾਇਆ, ਅਜੇ ਤੱਕ ਨਹੀਂ ਮੁੱਕਾ ਇਹ ਸ਼ਬਦ, ਇਹ ਉਪਦੇਸ਼, ਇਹ ਲੰਗਰ ਕਦੇ ਨਹੀਂ ਮੁੱਕਦਾ। ਇਸ ਸ਼ਬਦ ਰੂਪੀ ਜਾਂ ਸ਼ਬਦ ਨੂੰ ਜਾਂ ਲੰਗਰ ਨੂੰ ਆਪ ਖਾਵੇ ਧਾਰਨਾ ਕਰੇ ਤੇ ਹੋਰਨਾਂ ਨੂੰ ਖਵਾਉਣਾ ਕਰੇ। ਖੰਭ ਵੀ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ। ਉੱਤਮ ਜਗਿਆਸੂ ਵੱਲੋਂ ਮਹਾਰਾਜ ਬੇਨਤੀ ਕਰਦੇ ਸਤਿਗੁਰੂ ਅੱਗੇ ਕਿ ਹੇ ਸੱਚੇ ਪਾਤਸ਼ਾਹ, ਰੱਬ ਨੂੰ ਮਿਲਣਾ ਬੜਾ ਔਖਾ ਹੈ, ਜੇ ਕਿਤੇ ਖੰਭ ਵਿਕਦੇ ਹੋਣ ਸੇਵਾ ਤੇ ਸਿਮਰਨ, ਗਿਆਨ ਤੇ ਵਿਰਾਗ, ਤਾਂ ਸਾਵੀ ਤੋਲ ਬਰਾਬਰ ਤੋਲ ਕੇ ਆਪਣੇ ਸਰੀਰ ਦੇ ਨਾਲ ਆਪਣਾ ਸਰੀਰ ਵੇਚ ਕੇ ਤਨ ਮਨ ਵਾਰ ਕੇ ਇਹ ਮੈਂ ਖੰਭ ਖਰੀਦ ਲਵਾਂ ਤੇ ਅੰਤਾਕਰਨ ਦੇ ਨਾਲ ਜੜ ਲਵਾਂ ਇਹਨਾਂ ਨੂੰ। ਤਨ ਜੜਾਈ ਆਪਣੇ ਲਹਾ ਸੁਸੱਜਣ ਟੋਲ। ਤਨ ਕਹਿੰਦੇ ਨੇ ਅੰਤਾਕਰਨ ਨੂੰ, ਮਨ ਨੂੰ, ਬੁੱਧੀ ਨੂੰ ਇਹਦੇ ਨਾਲ ਜੜਾ ਕੇ ਹਿਰਦੇ ਨਾਲ ਜੋੜ ਕੇ ਉਸ ਸੱਜਣ ਵਾਹਿਗੁਰੂ ਨੂੰ ਲੱਭ ਲਵਾਂ। ਖੰਭ ਕਿਹੜੇ ਨੇ? ਗਿਆਨ ਵਿਰਾਗ। ਖੰਭ ਕਿਹੜੇ ਨੇ? ਸੇਵਾ ਸਿਮਰਨ। ਪਰ ਇਹ ਵਿਕਦੇ ਨਹੀਂ ਨਾ ਸਾਧ ਸਕਣ, ਇਹ ਤਾਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੇ ਨੇ।
ਜਿਵੇਂ ਦਸਵੇਂ ਪਾਤਸ਼ਾਹ ਦੇ ਪਵਿੱਤਰ ਜੀਵਨ ਦੇ ਵਿੱਚ ਗਾਥਾ ਆਉਂਦੀ, ਕਿਸੇ ਸਾਧੂ ਨੇ ਪੰਜ ਤੀਰ ਮਹਾਰਾਜ ਨੂੰ ਭੇਟਾ ਕੀਤੇ। ਸਤਿਗੁਰੂ ਜੀ ਨੇ ਸਿੱਖਾਂ ਨੂੰ ਆਖਿਆ ਇਹ ਹਮਾਊ ਪੰਛੀ ਦੇ ਖੰਭ ਨੇ, ਇਹ ਜਿਸ ਤੀਰ ਦੇ ਨਾਲ ਜੜ ਦਿੱਤੇ ਜਾਣ ਇਹ ਆਪਣੇ ਦੇਸ਼ ਲੈ ਜਾਂਦੇ ਨੇ। ਤੁਸੀਂ ਐਂ ਕਰੋ ਇਹਨਾਂ ਨੂੰ ਜੜਾ ਕੇ ਲਿਆਓ। ਕਾਰੀਗਰ ਨੇ ਪੰਜਾਂ ਤੀਰਾਂ ਨਾਲ ਉਹ ਖੰਭ ਜੜੇ। ਸਤਿਗੁਰੂ ਜੀ ਨੇ ਸਿੱਖਾਂ ਨੂੰ ਖੜੇ ਕਰ ਦਿੱਤਾ ਅਤੇ ਆਖਿਆ ਮੈਂ ਤੀਰ ਛੱਡਣ ਲੱਗਾ, ਲੱਭ ਕੇ ਲਿਆਓ। ਪਹਿਲਾ ਤੀਰ ਛੱਡਿਆ, ਜਾਂਦਾ ਦੇਖਿਆ, ਦੇਖਦਿਆਂ ਦੇਖਦਿਆਂ ਅਲੋਪ ਹੋ ਗਿਆ। ਦੂਜਾ ਛੱਡਿਆ, ਤੀਜਾ ਛੱਡਿਆ, ਪੰਜਾਂ 'ਚੋਂ ਇੱਕ ਵੀ ਨਾ ਲੱਭਾ। ਅਖੀਰ ਮਹਾਰਾਜ ਨੂੰ ਬੇਨਤੀ ਕੀਤੀ ਇਹ ਕੀ ਕੌਤਕ ਹੈ। ਕਹਿੰਦੇ ਇਹ ਸਾਧੂ ਨਾਰਦ ਮੁਨੀ ਹੈ, ਸੰਤ ਸਾਧੂ ਬੰਦਗੀ ਵਾਲੀਆਂ ਰੂਹਾਂ ਮਰਦੀਆਂ ਨੇ, ਇਹ ਦਰਸ਼ਨ ਕਰਨ ਆਇਆ ਸਾਡੇ ਅਤੇ ਭੇਟਾ ਲੈ ਕੇ ਆਇਆ ਹਮਾਊ ਪੰਛੀ ਦੇ ਖੰਭਾਂ ਦੀ। ਇਸ ਕਰਕੇ ਇਹ ਜਿਹਦੇ ਨਾਲ ਜੜ ਦਿੱਤੇ ਜਾਣ ਉਹਨੂੰ ਆਪਣੇ ਦੇਸ਼ ਲੈ ਜਾਂਦੇ। ਤਾਂ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ ਵੀ ਵਾਹਿਗੁਰੂ ਦੇ ਸਿਮਰਨ ਦਾ ਮਹਾਤਮ ਕੀ ਹੈ, ਤਾਂ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦਾ ਜਿਹੜਾ ਸਿਮਰਨ ਆ, ਜਿਹੜਾ ਆਪਣੇ ਹਿਰਦੇ ਨਾਲ ਜੜ ਲਵੇਗਾ ਉਹਨੂੰ ਮੇਰੇ ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਦੇ ਦੇਸ਼ ਵਿੱਚ ਹੀ ਲੈ ਜਾਵੇਗਾ, ਉਹਨੂੰ ਉੱਥੇ ਹੀ ਲੈ ਜਾਵੇਗਾ। ਨਿਰੰਕਾਰ ਕੇ ਦੇਸ਼ ਜਾਹੇ ਤਾਂ ਸੁਖ ਲਹਿ ਮਹੱਲ, ਉੱਥੋਂ ਦੀ ਪ੍ਰਾਪਤੀ ਕਰਾ ਦੂਗਾ। ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਵਿਕਦੇ ਹੋਣ ਨਾ ਕਿਤੇ ਇਹ ਆਪਦਾ ਸਰੀਰ ਵੱਢ ਕੇ ਬਰਾਬਰ ਤੋਲ ਕੇ ਵੀ ਬਹਿ ਲੈ ਲਾ, ਪਰ ਇਹ ਵਿਕਦੇ ਨਹੀਂ, ਇਹ ਤਾਂ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਨੇ। ਸੇਵਾ ਸਿਮਰਨ ਗਿਆਨ ਵਿਰਾਗ ਜਾਂ ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ, ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਮਾਪਤੀ ਕਰਦੇ ਹੋਏ ਫਰਮਾਉਂਦੇ ਨੇ ਕਿ ਲੋਕ ਪ੍ਰਲੋਕ ਵਿੱਚ ਤੇਰੀ ਬਾਂਹ ਫੜਨ ਵਾਲਾ ਇੱਕੋ ਇੱਕ ਸੱਚਾ ਸੱਜਣ ਗੁਰੂ, ਉਹ ਆ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਬਾਦਸ਼ਾਹਾਂ ਦਾ ਵੀ ਸ਼੍ਰੋਮਣੀ ਬਾਦਸ਼ਾਹ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਰਮਾਤਮਾ ਦੇ ਪਾਸ ਬੈਠਣ ਕਰਕੇ ਇਹ ਜੀਵ ਸੋਭਾ ਪਾਉਂਦਾ ਹੈ। ਗੁਰਦੁਆਰੇ ਜਾ ਕੇ ਬਹੋਗੇ, ਕੋਈ ਪਰਿਵਾਰ ਨੂੰ ਟੈਨਸ਼ਨ ਨਹੀਂ, ਫਿਕਰ ਨਹੀਂ। ਬਾਹਰ ਕਿਤੇ ਜਾ ਕੇ ਬਹੋਗੇ ਤੇ ਚਿੰਤਾ ਲੱਗੀ ਰਹੂਗੀ ਵੀ ਕਿੱਥੇ ਬਹਿੰਦਾ, ਜਾ ਕੇ ਕਿਹਦੀ ਸੰਗਤ 'ਚ ਬਹਿੰਦਾ। ਰੱਬ ਦੀ ਸੰਗਤ 'ਚ ਬਹਿਣ ਕਰਕੇ ਸੋਭਾ ਪ੍ਰਾਪਤ ਹੁੰਦੀ ਹੈ ਤੇ ਸਭਨਾ ਦਾ ਵਿਸਾਹ, ਭਰੋਸੇ ਯੋਗ ਜਾਂ ਖਰੀਦਣ ਯੋਗ ਕੋਈ ਵੀ ਨਾਮ ਜਪੇ ਸਭਨਾ ਦਾ ਹੀ ਭਰੋਸੇ ਯੋਗ ਹੈ, ਸਭਨਾ ਦਾ ਹੀ ਭਲਾ ਕਰਦਾ ਹੈ। ਇਹ 22 ਸਲੋਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੋਂ ਪਹਿਲਾਂ ਆਉਂਦੇ ਨੇ। ਸੋ ਕੱਲ੍ਹ ਨੂੰ ਦੀਵਾਨ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਮਹਾਂਪੁਰਖਾਂ ਦੇ ਹੁਕਮ ਦੇ ਨਾਲ ਕੀਤੀ ਜਾਵੇਗੀ। ਸੋ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਦੀ ਕਿਰਪਾਲਤਾ ਕਰਦੀ ਜੀ, ਭੁੱਲ ਚੁੱਕ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਨੇ ਸਬੱਤ ਬਖਸ਼ਣੀ ਜੀ, ਲੇਖਾ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਸੱਚਾ ਪਾਤ ਸਾਹੋ ਸਿਰ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਵਾਹਿਗੁਰੂ ਜੀ ਕਾ ਖਾਲਸਾ।